ਭਾਈਆਂ ਤੋਂ ਯਾਰ ਮਰਾਤਾ ਉਹਦੇ ਜਿਹੜੇ ਤੀਰ ਆ ਜੰਡ 'ਤੇ ਟੰਗ 'ਤੇ ਹੈਂ ਜੰਡ 'ਤੇ ਮਾਰੂ ਥਾਲ 'ਤੇ ਜੰਡ ਥੱਲੇ ਹੀ ਪਾਉਣਾ ਸੀ ਉੱਥੇ ਟਾਹਲੀ ਥੋੜ੍ਹਾ ਲੱਗੀ ਸੀ ਜੰਡ ਆਪਣੇ ਆਪ ਹੋਇਆ ਜੰਡ ਨਹੀਂ ਚੱਲਣਾ ਸੀ ਨਲਾਇਕ ਬੰਦਾ ਅਤੇ ਸਾਰੇ ਰੋਮਾਂਸੀ ਰੋਮਾਂਟਿਕ ਬੰਦਿਆਂ ਦਾ ਉਹ ਮਿਰਜ਼ਾ ਸਾਡਾ ਨਾਇਕ ਹੈ। ਇੱਕ ਦਿਨ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਉਹਦਾ ਸਿਆਲ ਦੇ ਇਲਾਕੇ ਦੀ ਸਿਆਲਾਂ ਦੀ ਹੀਰ ਉੱਥੇ ਇੱਕ ਬੁੜਾ ਗਾਲਾਂ ਕੱਢ ਰਿਹਾ ਤਾ ਕਹਿੰਦਾ ਸਾਲੇ ਕਹਿੰਦਾ ਸਾਡੇ ਕਹੀ ਅਸੀਂ ਕਹਿੰਦਾ ਇੱਥੇ ਕੋਈ ਹੀਰ ਨਹੀਂ ਹੋਈ ਹੀਰ ਤੋਂ ਕਹਿੰਦਾ ਅਸੀਂ ਕੱਕੜੀਆਂ ਲੈਣੀਆਂ ਕੱਕੜੀਆਂ ਲੈਣੀਆਂ ਬਿਲਕੁਲ ਹੀਰ ਹੀਰ ਲਾ ਰੱਖੀ ਕਹਿੰਦਾ ਹੀਰ ਹੀਰ ਕਰੀ ਜਾਂਦੇ ਸਾਡੇ ਕੋਈ ਨਹੀਂ ਹੋਈ। ਉਦੋਂ ਗੀਤ ਹੁੰਦਾ ਸੀ ਵੀ ਕਹਿਰੋਂ ਤੇਰੇ ਆਉਣ ਉੱਤੇ ਅਸੀਂ ਪੈਰ ਚੁੱਕੇ ਅਸੀਂ ਪੱਬ ਚੁੱਕੇ ਤੂੰ ਸਾਨੂੰ ਚੁੱਕਿਆ ਤੈਨੂੰ ਰੱਬ ਚੁੱਕੇ ਇਹ ਗਾਣਾ ਹੁੰਦਾ ਸੀ। ਕਿਵੇਂ ਰੰਨ ਧੰਨ ਕਿਹੋ ਜਿਹੇ ਜੁੜਦੇ ਸੀਗੇ ਹੈਂ ਉਹਦੇ ਵਿੱਚ ਪਾ ਕੇ ਰੋਮਾਂਟਿਕ ਭਾਵਨਾ ਭਰਤੀ ਅਤੇ ਜਿਹੜੀ ਥੋੜ੍ਹੀ ਸਮਾਜ ਦੀ ਚੇਤਨਾ ਦੀ ਥੋੜ੍ਹੀ ਕੋਈ ਲੌਜਿਕ ਅਤੇ ਤਰਕ ਆ ਰਿਹਾ ਸੀਗਾ ਨਾ ਵਿਵੇਕ ਉਹ ਖੁੰਡਾ ਕਰਤਾ ਉਹ ਦੋ ਲਹਿਰਾਂ ਅਤੇ ਖੱਬੀਆਂ ਸੋਚ ਪੰਜਾਬ 'ਤੇ ਭਾਰੂ ਹੋ ਗਈ ਸੀ। 1960 ਤੋਂ ਬਾਅਦ ਕੰਮ ਸ਼ੁਰੂ ਹੋਇਆ ਪਹਿਲਾਂ ਮਤਲਬ ਚੰਗਾ ਵੀਰ ਰੱਸੀ 12 ਸੁਣਦੇ ਸੀ ਪਿੰਡਾਂ ਦੇ ਬੰਦੇ ਇਹ ਜਿਹੜਾ ਇੱਥੇ ਬਾਤ ਕਰ ਰਹੇ ਵਿੱਚ ਹੈ ਖਾੜਕੂ ਲਹਿਰ ਮਾ ਕੇ ਪੀ ਐਸ ਗਿੱਲ ਖਾਸ ਤੌਰ 'ਤੇ ਸੱਭਿਆਚਾਰਕ ਮੇਲੇ ਸ਼ੁਰੂ ਕਰੇ ਉਹਨੇ ਕਰਵਾਏ ਸੀ ਵੀ ਇਹਨਾਂ ਨੂੰ ਦਿਮਾਗ 'ਤੇ ਕਰੋ ਨਹੀਂ ਤਾਂ ਪ੍ਰਭਾਵ ਖਤਮ ਕਰ ਦੇਂਗੇ ਮਨ ਇਹ ਦ੍ਰਿਸ਼ਟਾਂਤ ਸਿਰਜਿਆ ਜਾਂਦਾ ਪ੍ਰਸੰਗ ਸਿਰਜਿਆ ਜਾਂਦਾ ਨਰੇਸ਼ਨ ਸਿਰਜਿਆ ਜਾਂਦਾ ਗਲਪ ਸਿਰਜਿਆ ਜਾਂਦਾ ਉਹ ਹੈ ਵੀ ਲੋਕਾਂ ਦੀ ਚੇਤਨਾ ਖੁੰਡਾ ਕਰੋ ਉਹਨਾਂ ਨੂੰ ਬਿਨਾਂ ਗੱਲ ਤੋਂ ਸੂਰਮੇ ਬਣਾਓ ਵਿੱਦਿਆ ਉਹਦੇ ਕੋਲ ਆਉਣ ਨਾ ਦਿਓ। ਰੂਸ ਨੇ ਕ੍ਰਾਂਤੀ ਕੀਤੀ ਰੂਸੀ ਭਾਸ਼ਾ 'ਚ ਕੀਤੀ ਜਰਮਨ 'ਚ ਤਾਂ ਨਹੀਂ ਕੀਤੀ ਫਰਾਂਸ ਵਾਲਿਆਂ ਨੇ ਕ੍ਰਾਂਤੀ ਕੀਤੀ ਆਪਦੀ ਭਾਸ਼ਾ ਕਰਕੇ ਕੀਤੀ ਅੰਗਰੇਜ਼ੀ ਕਰਕੇ ਨਹੀਂ ਕੀਤੀ। ਪੰਜਾਬ ਮਾ ਤਾਂ ਹੀ ਬਗਾਵਤ ਸਦਾ ਵਾਸਤੇ ਖਤਮ ਕਰਨ ਵਾਸਤੇ ਇਹ ਬਲੈਤੀ ਸਕੂਲ ਹੈ ਜਿਹੜੇ ਬੁੱਚੜਖਾਨੇ ਬ੍ਰਾਇਲਰ ਮੁਰਗੇ ਤਿਆਰ ਕਰ ਰਹੇ ਬ੍ਰਾਇਲਰ ਮੁਰਗੇ ਵੀ ਇਹ ਜਿਸ ਤਰ੍ਹਾਂ ਹਮੇ ਕਹੇਗੇ ਉੱਤਰਾ ਬਾਂਗ ਦੇਣੀ ਹੈ ਦੇਣੀ ਹੈ ਆਪਣਾ ਪਿੰਜਰੇ 'ਚ ਹੀ ਰਹਿਣ ਬਸ ਬ੍ਰਾਇਲਰ ਮੁਰਗੇ ਦੀ ਸੇਫਟੀ ਕੀ ਹੈ ਪਿੰਜਰਾ ਅਤੇ ਆਪਦੀ ਬਿੱਠ 'ਤੇ ਬੈਠਾ ਰਵੇ ਇਹ ਨਾ ਧੰਦਾ ਜਿਹੜਾ ਮੁਰਗਾ ਬਾਹਰ ਆ ਗਿਆ ਤਾਂ ਉੱਡੂਆ ਤਾਂ ਕੁਦਰਤੀ ਗੱਲ ਉਹਦੇ ਅਸੀਂ ਫੰਘ ਕਿਵੇਂ ਪੱਟਾਂਗੇ ਹੈਂ ਉਹ ਬਾਂਗ ਵੀ ਆਪਣੀ ਮਰਜ਼ੀ ਨਾਲ ਦੇਊਗਾ ਹੈਂ ਅਤੇ ਇਸ ਕਰਕੇ ਇਹਨਾਂ ਨੇ ਸਾਨੂੰ ਨਾ ਪਿੰਜਰੇ ਦੇ ਮੁਰਗੇ ਬਣਾ ਕੇ ਫਿਰ ਸਾਡੇ ਇਹਨਾਂ ਨੇ ਮਤਲਬ ਘਾਣ ਕਰਨਾ ਔਰ ਕਰ ਲਏ। ਲੈ ਵੀ ਅੱਜ ਇੱਕ ਵਾਰ ਫਿਰ ਬਾਈ ਬਲਕੌਰ ਸਿੰਘ ਉਹਨੂੰ ਗੱਲ ਚੰਗੇੜਾ ਕੱਢਿਆ ਕੋਈ ਇਹਨਾਂ ਕਹਿੰਦੇ ਇੱਕ ਵੱਖਰਾ ਮਸਲਾ ਤਾਂ ਹੈ ਚਾਦਰਾ ਲਾਇਆ ਵਾ ਚੰਗੇੜਾ ਤਾਂ ਹੈਗਾ ਹੀ ਹੈ ਤੁਰਨੇ ਕਾ ਵੀ ਰਿਕਾਰਡ ਬਣਾਇਆ ਬਾਈ ਬਲਕੌਰ ਸਿੰਘ ਨੇ ਆਪਣੇ ਲੋਕ ਪਹਿਲਾਂ ਬਹੁਤ ਤੁਰੇ ਕਰੇ ਤੁਰਕਾ ਮੈਨੂੰ ਯਾਦ ਆਵਾ ਮੇਰੀ ਨਾਨੀ ਦੱਸੇ ਕਰੇ ਤੇ ਵੀ ਉਸਕਾ ਬਾਪੂ ਪੈਦਲ ਤੁਰਕਾ ਹਜ਼ੂਰ ਸਾਹਿਬ ਗਿਆ ਤਾ ਥੋੜ੍ਹਾ ਸਮਾਂ ਪਹਿਲਾਂ ਵੀ ਬਹੁਤ ਸਾਰੇ ਬੰਦੇ ਇਹੋ ਜਿਹੇ ਮਿਲੇ ਜਿਹੜੇ ਕਹੇ ਵੀ ਮੈਂ ਹਜ਼ੂਰ ਸਾਹਿਬ ਸਾਈਕਲਾਂ ਪਰ ਤਾਂ ਜਾਂ ਪੈਦਲ ਇੱਕ ਪਰਿਵਾਰ ਪਿੱਛੇ ਪੈਦਲ ਬੱਚੇ ਸਮੇਤ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਆਇਆ ਸੋ ਬਹੁਤ ਸਾਰੀਆਂ ਯਾਤਰਾਵਾਂ ਚਲੇ ਗਈਆਂ ਸਾਂਝ ਪੈਦਾ ਹੋਈ ਤੀ ਜਦ ਕਿ ਆਪਾਂ ਗੱਡੀਆਂ ਪਰ ਸਲਾਮ ਸਤਿ ਸ਼੍ਰੀ ਅਕਾਲ ਭੁੱਲ ਗਏ ਓਕੇ ਬਾਏ ਟਾਟਾ ਸੋ ਬਾਈ ਜੀ ਆਪਾਂ ਤੁਹਾਨੂੰ ਤੁਰੇ ਬਹੁਤ ਹੈ ਨਹੀਂ ਤੁਰਾਂ ਵੀ ਰੋਜ਼ ਹਾਂ ਪਹਿਲਾਂ ਤਾਂ ਦੱਸੋ ਵੀ ਥਾਰੇ ਮੈਂ ਕੋਈ ਸਾਧਨ ਨਹੀਂ ਹੈਗਾ ਨਹੀਂ ਸਭ ਕੁਛ ਹੈ ਅੱਛਾ ਹਾਂ ਆਪਣੇ ਘੋੜੇ ਰੱਖੇ ਹੁੰਦੇ ਸੀ ਉੱਠ ਰੱਖੇ ਹੁੰਦੇ ਸੀ ਗੱਡੇ ਹੁੰਦੇ ਸੀ ਨਾ ਅੱਜ ਕੱਲ੍ਹ ਕੀ ਤਰੀਕ ਵਾ ਅੱਜ ਤਾਂ ਮੈਂ ਕੁਛ ਨਹੀਂ ਰੱਖਦਾ ਕੋਈ ਮੋਟਰਸਾਈਕਲ ਮਤਲਬ ਆਪਣੇ ਲੜਕੀ ਕੋਲ ਹੈਗਾ ਮੈਂ ਨਹੀਂ ਕਦੇ ਚੜਿਆ ਮੋਟਰਸਾਈਕਲ ਹੈ ਨਹੀਂ ਚਲਾਇਆ ਹਾਂ ਨਾ ਸਾਈਕਲ ਸਾਈਕਲ ਵੀ ਸਿੱਖ ਲਿਆ ਸੀ ਪਰ ਚਲਾਇਆ ਅੱਜ ਕੱਲ੍ਹ ਕਦੇ ਸਾਈਕਲ ਨਹੀਂ ਚਲਾਇਆ ਨਾ ਕਦੇ ਵੀ ਨਹੀਂ ਨਾ ਕਾਰ ਸਿੱਖੀ ਨਹੀਂ ਤੇ ਤੁਰਨੇ ਵਾਲਾ ਸੁਣਾਓ ਕਿਸ ਤਰ੍ਹਾਂ ਆਪਾਂ ਬਾਤ ਕਰਨ ਨੌਵੀਂ ਦੇ ਨਾ ਉਦੋਂ ਮੈਂ ਨੌਵੀਂ 'ਚ ਪੜ੍ਹਦਾ ਸੀ 63 ਜਾਂ 64 ਦੀ ਗੱਲ ਹੋ ਗਈ 64 ਲਾ ਲਓ 64 ਹਾਂ 64 65 ਕਦੀ ਗੱਲ ਸੀ
ਅਤੇ ਮੈਂ ਘਰੋਂ ਸਵੇਰੇ ਸਕੂਲ ਨੂੰ ਚੱਲ ਪਿਆ। ਸਾਡੇ ਪਿੰਡੋਂ ਆਪਣੇ ਘਰ ਦੇ ਦਰਵਾਜ਼ੇ ਤੋਂ ਗੌਰਮੈਂਟ ਹਾਈ ਸਕੂਲ ਕਾਣਾ ਵਾਲੀ ਮੰਡੀ ਦਾ ਜਿਹੜਾ ਸਕੂਲ ਹੈ ਉਹ 9 ਕਿਲੋਮੀਟਰ ਸੀ, 6 ਮੀਲ ਪੂਰਾ, 9 ਕਿਲੋਮੀਟਰ 6 ਮੀਲ। ਹਾਂ, ਅਤੇ ਪੈਦਲ ਜਾਂਦੇ, ਕੱਚੀ ਸੜਕ ਹੁੰਦੀ ਸੀ, ਜਾਣਾ ਆਉਣਾ ਰੋਜ਼ਾਨਾ ਆਉਣਾ ਜਾਣਾ। ਮੈਂ ਮਤਲਬ ਸਵੇਰੇ ਜਦੋਂ ਉੱਠੇ, ਨਹਾਤੇ ਧੋਤੇ ਅਤੇ ਰੋਟੀ ਪਾਈ, ਚੂਰੀ ਵਾਲਾ ਡੱਬਾ ਅਤੇ ਕਿਤਾਬਾਂ ਵਾਲਾ ਝੋਲਾ ਚੱਕ ਕੇ ਅਤੇ ਤੁਰ ਪਏ, ਅਤੇ ਤੁਰ ਪਿਆ ਮੈਂ ਘਰੋਂ। ਅਤੇ ਮੈਂ ਆਪਦੀ ਤੇਜ਼ੀ ਨਾਲ ਜਾ ਰਿਹਾ, ਮੇਰੇ ਮਗਰ ਮੇਰੇ ਪਿੰਡ ਦੇ 2 ਬੰਦੇ ਸੀ, ਮੈਂ ਉਹਨਾਂ ਨੂੰ ਬਾਬਾ ਕਹਿੰਦਾ ਹੁੰਦਾ ਸੀ, ਉਹ ਵੀ ਮੇਰੇ ਮਗਰ ਤੁਰ ਪਏ। ਉਹਨਾਂ ਦੇ ਕੱਦ ਵੱਡੇ ਸੀ, 6-6 ਫੁੱਟ, ਤਕੜੇ ਸਰੀਰ ਦੇ ਸੀ। ਮੈਂ ਹੁਣ 14-15 ਸਾਲ ਦੀ ਉਮਰ ਦਾ ਸੀ ਅਤੇ ਊਂ ਵੀ ਕਮਜ਼ੋਰਾ ਸੀ, ਅਤੇ ਮੈਂ ਘਰੋਂ ਤੁਰਿਆ ਅਤੇ ਮੈਂ ਆਪਣੀ ਤੋਰ ਤੁਰੀ ਗਿਆ ਅਤੇ ਉਹ ਮੇਰੇ ਮਗਰ ਲੱਗ ਗਏ ਅਤੇ ਮੈਂ ਉਹਨਾਂ ਨੂੰ ਮੰਡੀ ਕਾਲਾਣੀ ਤੱਕ ਨਾਲ ਨਹੀਂ ਲਾਣਾ ਦਿੱਤਾ, ਪੈਦਲ। ਉਹ ਜਦੋਂ ਨਾਲ ਦਿੱਤਾ ਅਤੇ ਜਦੋਂ ਮੈਂ ਸਕੂਲ 'ਚ ਵੜਨ ਲੱਗਿਆ, ਉਹ ਮੈਨੂੰ ਕਹਿੰਦੇ ਪੁੱਤਰ ਖੜੀ ਕਰਾਂ। ਮੈਂ ਖੜ ਗਿਆ, ਮੈਂ ਬਾਬਾ ਕੀ ਗੱਲ ਹੈ? ਉਹਦੇ ਪੁੱਤ ਤੂੰ ਇਹ ਦੱਸ ਵੀ ਘਰੋਂ ਕੀ ਖਾ ਕੇ ਤੁਰ ਕੇ? ਮੈਂ ਕੀ ਗੱਲ ਬਾਬਾ? ਅਸੀਂ ਤੇਰੇ ਮਗਰ ਯਾਰ ਤੁਰੇ ਹਾਂ, ਤੂੰ ਸਾਨੂੰ ਰਲ ਨਹੀਂ ਦਿੱਤਾ। ਮੈਂ ਬਾਬਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੁਸੀਂ ਮੇਰੇ ਮਗਰ ਆ ਰਹੇ ਹੋ, ਮੈਂ ਤਾਂ ਸਕੂਲ ਦੀ ਕਾਲ 'ਚ ਹੀ ਤੁਰਿਆ ਆ ਰਿਹਾ ਸੀ, ਮੈਂ ਤੁਹਾਡੇ ਮੈਨੂੰ ਵੇਖਿਆ ਵੀ ਨਹੀਂ, ਇਹ ਤਾਂ ਬਿਲਕੁਲ ਨਹੀਂ ਵੇਖਿਆ। ਕਹਿੰਦਾ ਯਾਰ ਇੰਨਾ ਤੂੰ ਕੀ ਖਾਣਾ? ਮੈਂ ਜੀ ਖਾਣਾ ਕੀ ਆਈ, ਜਿਹੜੇ ਘਰ ਦੇ ਮਾੜਾ ਮੋਟਾ ਰੋਟੀ ਖਵਾ ਦੇਣ ਉਹ ਖਾ ਲੈਂਦੇ ਹਾਂ, ਅਤੇ ਮਾੜੀ ਮੋਟੀ ਆ ਉਹ ਘਰਦੇ ਆ ਚੂਰੀ ਕੁੱਟ ਦਿੰਦੇ ਆ, ਗੁੜ ਪਾ ਕੇ ਅਤੇ ਘਿਓ ਪਾ ਕੇ, ਗੁੜ ਅਤੇ ਘਿਓ ਦੀ ਚੂਰੀ, ਅਤੇ ਉਹ ਖਾ ਲੈਂਦੇ ਬਸ। ਕਹਿੰਦਾ ਬਾਈ ਤੂੰ ਬਹੁਤ ਤੁਰਦਾ। ਮੈਨੂੰ ਐਂ ਲੱਗਿਆ ਵੀ ਮੈਂ ਬਾਬੇ ਹੋਰਾਂ ਨੂੰ ਰਲਣ ਦਿੱਤਾ, ਕਿਉਂਕਿ ਉਹਨਾਂ ਦੇ 6-6 ਫੁੱਟ ਕੱਦ। ਹਾਂ, ਜਦੋਂ ਪੜਾਂਗ ਭਰਦੇ ਸੀ ਪਤਾ ਲੱਗਦਾ ਸੀ ਕੋਈ ਬੰਦਾ ਤੁਰਦਾ। ਮੈਂ ਜੇ ਬਾਬੇ ਹੋਰਾਂ ਨੂੰ ਰਲ ਨਹੀਂ ਦਿੱਤਾ ਅਤੇ ਯਾਰ ਤੂੰ ਫਿਰ ਤਾਂ ਤੁਰਦਾ, ਅਤੇ ਬਸ ਮੇਰੇ ਦਿਮਾਗ 'ਚ ਆ ਗਿਆ ਵੀ ਤੁਰਨਾ ਚਾਹੀਦਾ। ਤੁਰਦੇ ਤਾਂ ਵੈਸੇ ਵੀ ਸੀ, ਇਸ ਗੱਲ ਨੇ ਕਿਹਾ ਵੀ ਹੋਰ ਤੁਰਨਾ ਚਾਹੀਦਾ। ਹੁਣ ਮੇਰੇ ਕੋਲ 9-18 ਕਿਲੋਮੀਟਰ ਤਾਂ ਅਸੀਂ ਉਹੀ ਤੁਰਦੇ ਸੀ। ਕਮਾਲ ਹੈ, 6ਵੀਂ ਜਮਾਤ ਤੋਂ ਲੈ ਕੇ 10ਵੀਂ ਤੱਕ 18 ਕਿਲੋਮੀਟਰ ਰੋਜ਼ਾਨਾ ਤੁਰਨੇ ਹੀ, ਸਾਰੇ ਨਿਆਣੇ ਤੁਰਦੇ। ਹਾਂਜੀ, ਸਾਰੇ ਨਿਆਣੇ। ਫਿਰ 5-4 ਕਿਲੋਮੀਟਰ ਉਈ ਤੁਰ ਜਾਣਾ ਖੇਡਦੇ ਖੂਡਦਿਆਂ, ਅਤੇ ਮਤਲਬ 23-24 ਕਿਲੋਮੀਟਰ ਬਣ ਜਾਣਾ। ਉਹ ਫਿਰ ਤੁਰਨ ਲੱਗ ਗਏ, ਉੱਥੋਂ ਪੜ੍ਹ ਕੇ ਕਾਲਜ 'ਚ ਆ ਗਏ, ਫਿਰ ਤੁਰਨ ਲੱਗ ਗਏ, ਉੱਥੇ ਸੈਰ ਕਰਨ ਨਿਕਲ ਜਾਂਦੇ ਮੁੰਡਿਆਂ ਨਾਲ ਚੌੜ ਕਰਦੇ ਅਤੇ ਤੁਰਨ ਦਾ ਨਾ ਮੁਹਾਵਰਾ ਹੀ ਬਣ ਗਿਆ ਵੀ ਤੁਰਨਾ ਹੀ ਤੁਰਨਾ। ਫਿਰ ਜਿਹੜੀ ਮੈਂ ਸਾਈਕਲ ਸਿੱਖਿਆ ਉਹ ਵੀ ਚਲਾਉਣ ਨੂੰ ਹਟ ਗਿਆ, ਮੋਟਰਸਾਈਕਲ ਮੁੱਲ ਲਿਆ। ਮੈਂ ਤਾਂ ਸਿੱਖਿਆ ਨਹੀਂ, ਨਾਲ ਦੇ ਚਲਾਉਂਦੇ ਸੀ, ਇੱਕ ਵਾਰੀ ਐਕਸੀਡੈਂਟ ਹੋ ਗਿਆ, ਮੈਂ ਯਾਰ ਬਿਨਾਂ ਗਲਤੀ ਕਿਉਂ ਮਰਿਆ, ਉਹਦਾ ਵੀ ਤਿਆਗ ਕਰਤਾ। ਗੱਡੀ ਗਿਆ, ਮੈਂ ਕਿਵੇਂ ਦਾ ਅਫਸਰ ਬਣ ਗਿਆ, ਗੱਡੀ ਦੀ ਲੋੜ ਪੈ ਗਈ, ਗੱਡੀ 'ਤੇ ਬਹਿਣਾ, ਮੈਂ ਕਿਵੇਂ ਤਾਂ ਗੱਡੀ ਜਦ ਤੱਕ ਕੰਮ ਹੋਣਾ ਉਦੋਂ ਤੱਕ ਵਰਤਣੀ, ਜਦੋਂ ਕੰਮ ਮੁੱਕ ਜਾਣਾ ਗੱਡੀ ਉੱਥੇ ਛੱਡ ਦੇਣਾ, ਕਹਿਣਾ ਜਾਓ ਜਾ ਕੇ ਦਫ਼ਤਰ ਚਲਾ ਦਿਓ। ਮੈਂ ਜਿੱਥੇ ਕਿਤੇ ਹੁੰਦਾ ਉੱਥੇ ਤੁਰ ਕੇ ਨਾ ਘਰੇ ਆ ਜਾਣਾ, 10-15-20 ਕਿਲੋਮੀਟਰ ਤਾਂ ਮੈਨੂੰ ਪਤਾ ਹੀ ਲੱਗਦਾ ਮੈਂ ਕਦੋਂ ਘਰੇ ਆ ਜਾਂਦਾ, ਗੱਡੀ ਆਪਦਾ ਦਫ਼ਤਰ 'ਚ ਆ ਜਾਂਦੀ। ਉਹ ਫਿਰ ਹੁਣ ਮੈਨੂੰ 15 ਸਾਲ ਹੋ ਗਏ, ਹੁਣ ਮੈਂ ਰਿਟਾਇਰ ਹਾਂ, ਹੁਣ ਮੈਂ ਸਵੇਰੇ 5:30 ਵਜੇ ਉੱਠਣਾ, ਉੱਠ ਕੇ ਲੱਗ ਜਾਣਾ ਤੁਰਨ, ਹੱਥ ਮੂੰਹ ਧੋਤੇ ਸੈਰ, ਹਾਂ ਨਿੱਤ ਕਰਮ ਤੋਂ ਵਿਹਲੇ ਹੋਏ ਅਤੇ ਸੈਰ ਕਰਨ ਲੱਗ ਜਾਂਦੇ ਹਾਂ। 10-12 ਕਿਲੋਮੀਟਰ ਤਾਂ ਜਮੀਨ ਪਤਾ ਲੱਗਦਾ ਵੀ ਕਦੋਂ ਸਵੇਰੇ ਕਰਤੀ 1.25 ਘੰਟੇ 'ਚ, ਅਤੇ ਅੰਤ ਨੂੰ 8:15 ਤੱਕ ਮੈਂ ਤਕਰੀਬਨ 20-22 ਕਿਲੋਮੀਟਰ ਕਰ ਦਿੰਦਾ ਰੋਜ਼ਾਨਾ। ਸਧਾਰਨ ਰੋਟੀ ਖਾਣੀ ਆ, ਮਾੜਾ ਮੋਟਾ ਘਰ ਦੇ ਘਿਓ ਪਾ ਦਿੰਦੇ ਆ,
ਦਾਲ ਮੀਟ ਮੁਰਗਾ, ਮੀਟ ਮੁਰਗਾ ਬਿਲਕੁਲ ਨਹੀਂ, ਪੂਰਾ ਵੈਸ਼ਨੂ ਆ। ਦਾਰੂ ਸਿੱਕਾ? ਨਾ ਦਾਰੂ ਨਾ ਸਿੱਕਾ। ਦਾਰੂ ਵਾਲੇ ਮਹਿਕਮੇ ਮੇ ਰਹੇ ਥਮੇ? ਹਾਂ, ਦਾਰੂ ਵਾਲੇ ਮਹਿਕਮੇ ਦੇ ਵਿੱਚ ਸ਼ਰਾਬ ਵਾਲੀ ਬੋਤਲ ਦਾ ਮੈਂ ਸਿਰਹਾਣਾ ਲੈ ਕੇ ਤਾਂ ਸੌਂ ਸਕਦਾ ਸੀ, ਪੀ ਨਹੀਂ ਕਦੇ ਪੀਤੀ ਨਹੀਂ, ਮੈਂ ਉਹਨੂੰ ਦੇਖਦਾ ਵੀ ਨਹੀਂ ਸੀ। ਵੈਸੇ ਮਨ ਮੈਂ ਆਇਆ ਨਹੀਂ ਕਦੇ? ਕਦੇ ਵੀ ਨਹੀਂ ਆਇਆ, ਪਤਾ ਲੱਗ ਗਿਆ ਵੀ ਅਲਕੋਹਲ ਹੈ। ਆਪਣੇ ਘਰੇ ਸ਼ਰਾਬ ਬਹੁਤ ਸੀ। ਅੱਛਾ। ਪਰਿਵਾਰ ਦੇ ਵਿੱਚ ਸ਼ਰਾਬ ਪੀਂਦੇ ਸੀ, ਬਾਪੂ ਹੋਰੀ ਪੀਂਦੇ ਸੀ, ਚਾਚੇ ਪੀਂਦੇ ਸੀ, ਗੁਆਂਢੀ ਪੀਂਦੇ ਸੀ, ਰਿਸ਼ਤੇਦਾਰ ਪੀਂਦੇ ਸੀ। ਮੈਨੂੰ ਐਂ ਲੱਗਿਆ ਵੀ ਬੇਲੋੜੀ ਪੀਤੀ ਜਾਂਦੀ ਹੈ। ਤਾਂ ਜਦੋਂ ਮੈਂ ਮਤਲਬ ਇੱਥੇ ਮਹਿਕਮੇ 'ਚ ਆਇਆ ਤਾਂ ਮੈਨੂੰ ਪਤਾ ਲੱਗਿਆ ਸ਼ਰਾਬ ਦੀ ਕੈਮਿਸਟਰੀ ਦਾ ਵੀ ਤਾਂ ਅਲਕੋਹਲ ਹੈ। ਕਦੇ ਇਹਨੂੰ ਦਾਰੂ ਵੀ ਕਹਿੰਦੇ ਸੀ, ਹੈਂ, ਅਰਬੀ ਫਾਰਸੀ ਸ਼ਰਾਬ ਵਰਤਣ ਲੱਗ ਗਏ, ਅਤੇ ਫਿਰ ਇਹਨੂੰ ਆਪਾਂ ਲਿਕਰ ਕਹਿਣ ਲੱਗ ਗਏ ਅੰਗਰੇਜ਼ੀ 'ਚ। ਹੈ ਅਲਕੋਹਲ, ਰੈਕਟੀਫਾਈਡ ਸਪਿਰਟ ਹੈ, ਜਿਹੜਾ ਸਪਿਰਟ ਤੁਹਾਡੇ ਜ਼ਖਮਾਂ 'ਤੇ ਲਾਈ ਜਾ ਸਕਦੀ ਹੈ, ਮੂੰਹ 'ਚ ਨਹੀਂ ਪਾਈ ਜਾ ਸਕਦੀ। ਕਿਸੇ ਵਕਤ ਕਿਹਾ ਜਾਂਦਾ ਵੀ 60 ਕੈਮ ਐੱਲ ਰੋਜ਼ ਲਾ ਲਓ ਬੰਦਾ ਤਕੜਾ ਰਹਿੰਦਾ। ਫਿਰ ਖੋਜ ਆਈ ਵੀ 30 ਕੈਮ ਐੱਲ ਰੋਜ਼ ਲਾ ਲਓ ਬੰਦਾ ਬਹੁਤ ਠੀਕ ਰਹਿੰਦਾ। ਹੁਣ ਖੋਜ ਆ ਗਈ 1 ਕੈਮ ਐੱਲ ਵੀ ਨਹੀਂ ਲਾਉਣ ਦੀ ਲੋੜ, ਲੋੜ ਹੀ ਨਹੀਂ। ਅਤੇ ਫਿਰ ਆਪਾਂ ਨੂੰ ਪੀਏ ਕਾਹਨੂੰ, ਅਤੇ ਉਸ ਕਰਕੇ ਇਹਨੂੰ ਵੀ ਨਹੀਂ ਪੀਤਾ ਨਸ਼ਿਆਂ ਦਾ, ਕਿਉਂਕਿ ਨਸ਼ਾ ਜਿਹੜਾ ਹੈ ਉਹਦੀ ਜਿਹੜੀ ਫੂਡ ਵੈਲਿਊ ਹੁੰਦੀ ਹੈ ਨਾ, ਐਨਰਜੀ, ਉਹ ਸਿਫਰ ਹੁੰਦੀ ਹੈ। ਤੁਸੀਂ ਜਿੰਨਾ ਮਰਜ਼ੀ ਨਸ਼ਾ ਖਾ ਲਓ, ਤੁਹਾਡੇ ਸਰੀਰ ਨੂੰ ਤਾਕਤ ਨਹੀਂ ਦਿੰਦਾ ਉਹ, ਤੁਹਾਡੀ ਤਾਕਤ ਦੇ ਉੱਤੇ ਸੱਟ ਤਾਂ ਮਾਰੂਗਾ ਪਰ ਤਾਕਤ ਨਹੀਂ ਦਿੰਦਾ, ਭਾਵੇਂ ਸ਼ਰਾਬ ਆ, ਭਾਵੇਂ ਫੀਮ ਹੈ, ਚਰਸ ਹੈ, ਗਾਂਜਾ ਭੰਗ ਹੈ। ਲੋਕ ਕਹੇਗੇ ਵੀ ਬਲਕੌਰ ਸਿੰਘ ਦਾ ਸਰੀਰ ਤਾਂ ਆਪ ਕਾਂਗੜੇ ਵਰਗਾ, ਵੀ ਇਹਨੂੰ ਕਿਹੜੀ ਤਾਕਤ ਮਿਲੀ ਨਾ ਨਸ਼ਾ ਕਰਨ ਕਰਕੇ? ਨਹੀਂ ਨਹੀਂ, ਤਾਕਤ ਇਹ ਆ ਵੀ ਸਰੀਰ 7ਵਾਂ ਜਾ, ਪਹਿਲਾਂ ਤਾਂ ਮੈਂ ਜਨਮ ਦਾ 7ਵਾਂ, ਅੱਛਾ, ਫਿਰ ਮੈਨੂੰ ਹੋ ਗਿਆ ਸੋਕੜਾ, ਅਤੇ ਜਨਮ ਦੇ 7ਵਾਂ ਇਹਨੂੰ ਸੋਕੜਾ ਹੋ ਜਾਵੇ ਬੰਦਾ ਬਚਦਾ ਨਹੀਂ। ਮੈਂ ਕਮਾਲ, ਮੈਂ ਫਿਰ ਬਚ ਗਿਆ, ਬਚਿਆ ਵੀ ਉਹ, ਅਤੇ ਵੱਡੇ ਵੱਡੇ ਖੱਬੀ ਖਾਨਾ ਨੂੰ ਮੈਂ ਤਾਂ ਤੁਰਾਂ, ਅਤੇ ਮੈਂ ਜੀ ਬਾਹਰ ਕਢਵਾ। ਅੱਛਾ, 20 ਕਿਲੋਮੀਟਰ ਸਮੇਂ ਘਰਾਂ ਤੁਰਾ ਸੈਰ ਕਰ ਲਈ? ਹਾਂ। ਦਿਨ ਮੈਂ ਫਿਰ ਕਿੱਥੇ ਤੋਂ ਕਿੱਥੇ ਤੱਕ ਫਿਰੀ ਆ? ਲੁਧਿਆਣੇ ਮਾ? ਸਾਰਾ ਲੁਧਿਆਣੇ ਗਾਇਆ ਹੋਇਆ ਮੇਰਾ, ਜੇ ਮੈਂ ਇੱਥੋਂ ਤੁਰ ਪਾ ਬੁੱਲਾਪੁਰ ਤੱਕ ਤੁਰਿਆ ਜਾਵਾਂ 20-22 ਕਿਲੋਮੀਟਰ ਪਤਾ ਨਹੀਂ ਲੱਗਦਾ, ਇੱਧਰੋਂ ਤੁਰਾਂ ਆਲਮਗੀਰ ਤੱਕ ਤੁਰਿਆ ਜਾਵਾਂ ਪਤਾ ਨਹੀਂ ਲੱਗਦਾ, ਇੱਧਰੋਂ ਤੁਰਾਂ ਕੁਹਾੜੇ ਤੱਕ ਤੁਰਿਆ ਜਾਵਾਂ ਪਤਾ ਨਹੀਂ ਲੱਗਦਾ, ਪਤਾ ਹੀ ਹੁੰਦਾ ਵੀ ਆ ਵੀ ਗਏ ਇੱਧਰ, ਇੱਥੋਂ ਤੁਰ ਪਾਂ ਅਤੇ ਫਲੋਰ ਲੰਘ ਜਾਂ ਪਤਾ ਨਹੀਂ ਲੱਗਦਾ ਵੀ ਫਲੋਰ ਕਦੋਂ ਆ ਗਈ। 74 ਸਾਲ ਉਮਰ ਹੈ? 74 ਸਾਲ ਦੀ ਉਮਰ, 73 ਸਾਲ 4 ਮਹੀਨੇ। ਕੋਈ ਬਿਮਾਰੀ ਬਿਮੂਰੀ ਕਦੇ? ਕੋਈ ਬਿਮਾਰੀ ਨਹੀਂ, ਕੋਈ ਬਹਿਬਤ ਨਹੀਂ, ਕੋਈ ਚਿੰਤਾ ਨਹੀਂ। ਲੱਤਾਂ ਹੀ ਰੱਬ ਬਣਾ ਲਿਆ ਸਾਰਾ? ਲੱਤਾਂ ਦਾ ਹੀ ਬਸ ਜਹਾਜ਼ ਹੈ ਵੀ ਆ ਜਾਓ ਜਿਹਨੇ ਪਾਰ ਲੰਘਣਾ, ਹੈਂ, ਅਤੇ ਬਸ ਇਹਦਾ ਸਹਾਰਾ ਲੈ ਕੇ ਤੁਰੇ ਰਹਿੰਦੇ ਹਾਂ, ਕੋਈ ਥਕਾਵਟ ਵੀ ਨਹੀਂ। ਫਿਰ ਉਸ ਤੈਨੂੰ ਹੋਰ ਦੱਸ ਦਿਉ ਵੀ ਪਿਛਲੇ 55 ਸਾਲਾਂ ਤੋਂ ਕੋਈ ਬੰਦਾ ਜਿਹਦੀ ਉਮਰ 18 ਸਾਲ ਹੈ, 17 ਵਾਲਾ ਨਹੀਂ ਵੀ ਬੱਚਾ ਹੈ, 18 ਸਾਲ ਹੈ, ਅਤੇ ਮੇਰੀ ਉਮਰ ਤੱਕ, ਮੰਨ ਲਓ ਹੁਣ ਮੈਂ 73 ਸਾਲ ਦਾ, 73 ਸਾਲ ਦਾ, 18 ਸਾਲ ਤੋਂ ਲੈ ਕੇ 73 ਸਾਲ ਵਾਲਾ ਕੋਈ ਬੰਦਾ ਮੈਨੂੰ ਪਿੱਛੋਂ ਆ ਕੇ ਨਾ ਤੁਰਦੇ ਨੂੰ ਲੰਘ ਨਹੀਂ ਸਕਦਾ। ਅੱਛਾ, ਹਾਂ, ਚੁਣੌਤੀ ਹੈ? ਚੁਣੌਤੀ ਆ, ਅਗਲੇ ਨੂੰ ਕਦੇ ਮੈਂ ਛੱਡਿਆ ਨਹੀਂ, ਜੇ ਕੋਈ ਮੈਨੂੰ ਰਲ ਜਾਏ ਨਾ ਪਿੱਛੋਂ, ਨਾ ਜੀ ਨਾ ਭੁੱਲ ਜਾਏ। ਹਰਮਨ ਮਰ ਗਏ ਬੈਠੇ ਸੁਣ ਰਹੇ? ਬਹੁਤ ਅੱਛੇ ਇਹਦਾ ਤਾਂ, ਇਹਨਾਂ ਦਾ ਇਹ ਜਿਹੜੇ ਬੰਦੇ ਨੇ ਆਪਣੀ ਹੁਣ ਅਗਲੀ ਪੀੜ੍ਹੀਆਂ ਆ ਰਹੀਆਂ, ਹਾਂ, ਇਹਨਾਂ ਨੂੰ ਜੇ ਕਹਿਦੇ ਵੀ ਜਿਸ ਤਰ੍ਹਾਂ ਆਪਾਂ ਆਪਣਾ ਪੰਜਾਬੀ ਪਾਉਣਾ ਗੇਟ, ਉਹ ਹੈ ਵੀ ਗੇਟ ਭਰਾ ਜਾ, ਹਾਂ, ਲੈ ਲੈ, ਕਹਿੰਦਾ ਐਡੀ ਦੂਰ, ਐਡੀ ਦੂਰ ਲੋੜ ਯਾਰ, ਮੈਂ ਹੱਦ ਹੈ ਉਰੇ ਲੈ ਕੇ ਜਾ, ਹਾਂ, ਮੈਂ ਇੱਥੇ ਖੜਾ। ਬੰਦੇ ਨੇ ਗੱਲ ਸੁਣਾਈ ਤਾਂ ਸਕੂਲ ਖੋਲਿਆ ਵਾ, ਸਕੂਲ ਕਿਲੋਮੀਟਰ ਹੈ, ਮਤਲਬ ਲੋਕ ਆਪਣੇ ਨਿਆਣਿਆਂ ਦਾ ਕਿਸ ਤਰ੍ਹਾਂ ਭੋਗ ਪਾ ਰਹੇ ਹੈ। ਉਹ ਬੈਂ ਜਿਹੜੀ ਸਕੂਲ ਹੋ ਗਈ ਬੱਸ ਜੀ, ਉਹ ਆਹ ਲਾਰੀ, ਉਹਦੇ ਮੈਂ ਜਗ੍ਹਾ ਜੁਗ੍ਹਾ ਨਿਆਣੇ ਤੰਗ, ਉਹ ਤੋਂ ਮੁੰਡਾ ਖੜਿਆ ਕਿਲੋਮੀਟਰ ਰਸਤਾ, ਜਿਹੜਾ ਬੱਸ ਨੇ ਉਸ ਗੱਡੀ ਨੇ 2-4 ਮਿੰਟਾਂ ਦੇ ਵਿੱਚ ਖੜਿਆ ਉਤਰ ਗਿਆ, ਕਹਿੰਦਾ ਫੋਨ ਆ ਗਿਆ ਉਤਰਨ ਸਾਹਿਬ, ਕਹਿੰਦੇ ਜੀ ਅਸੀਂ ਤੁਹਾਨੂੰ ਫੀਸ ਪੇ ਕਰਦੇ ਹਾਂ, ਸਾਡਾ ਬੇਟਾ ਜੀ ਸਟੈਂਡਿੰਗ
ਪੋਜੀਸ਼ਨ ਬੈਨ ਚੋ ਸੀਟ ਨਹੀਂ ਮਿਲੀ ਜਵਾਬ ਦਿਓ, ਕਹਿੰਦੇ ਯਾਰ ਦੱਸੋ ਉੱਥੇ ਮੈਂ ਕਿਆ ਕਹਿਣਾ, ਕਹਿਣਾ ਤਾਂ ਇਹ ਤਾਂ ਵੀ ਕੋਈ ਚੱਕਰ ਨਹੀਂ, ਕਿਹੜਾ ਤੋਪ ਚੱਲ ਗਈ ਤੁਰਕਾ ਆ ਖੜੇ ਹੀ ਤਾਂ ਬਸ ਵਾ ਖੜੇ ਆ। ਇੱਕ ਹੋਰ ਕਹਿ ਰਿਹਾ ਕਹਿੰਦਾ ਸਾਡਾ ਬੇਟਾ ਜਿਹੜਾ ਸਕੂਲ 'ਚ ਪੜ੍ਹਦਾ ਹੈ, ਇੱਕੋ ਸਾਡਾ ਬੇਟਾ ਹੈ ਉਹਦਾ ਕਮਰਾ ਏ ਸੀ ਹੈ, ਜਿਹੜੀ ਬੈਂਚਾਂ ਦਾ ਏ ਸੀ ਹੈ, ਘਰੇ ਜਿਹੜਾ ਕਮਰਾ ਉਹ ਵੀ ਏ ਸੀ ਹੈ। ਕਹਿੰਦਾ ਅਸੀਂ ਪੂਰਾ ਬੇਟੇ ਦੀ ਜਿਹੜਾ ਹੈ ਪੂਰਾ ਕੱਢਦੇ। ਮੈਂ ਕਹਿੰਦਾ ਨਿਆਣੇ ਕੁਲਫੀ 'ਚ ਮਾਰੇ ਆ, ਕੁਲਫੀ ਜਦ ਧੁੱਪ ਲੱਗਣੀ ਹੈ ਪਿਘਲ ਜਾਣਾ, ਪਿਘਲ ਜਾਣਾ ਜਦੋਂ ਧੁੱਪ ਥੋੜ੍ਹੀ ਜਿਹੀ ਲੱਗੀ ਪਿਘਲ ਜਾ ਪਿਘਲ ਜਾਣਾ। ਤੂੰ ਬਈ ਅੱਜ ਕੱਲ੍ਹ ਤਾਂ ਕਮਾਲ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਛੱਡ ਕੇ ਸਾਰਾ ਕੁਛ ਸਮੇਂ ਅੱਜ ਵੀ ਉਹੀ ਆਨੰਦ ਲੈ ਰਹੇ ਹਾਂ, ਉਹੀ ਆਨੰਦ ਤੁਰਨਾ। ਕੋਈ ਬੰਦਾ ਮੈਨੂੰ ਪਿੱਛੋਂ ਆ ਕੇ ਰਲ ਨਹੀਂ ਸਕਿਆ, ਕੋਈ ਵੀ ਅੱਜ ਤਾਂ ਹੋਇਆ ਕਦੇ ਹਾਂਜੀ ਰਲ ਨਹੀਂ ਸਕਿਆ ਅੱਜ ਤੱਕ ਤਾਂ, ਕੱਲ੍ਹ ਨੂੰ ਕਹਿ ਨਹੀਂ ਸਕਦੇ। ਜਦੋਂ ਮੈਂ ਪੂਰਾ 74 ਸਾਲ ਦਾ ਹੋ ਗਿਆ ਉਹਦੇ ਕੋਈ 74 ਸਾਲ ਤੱਕ ਦਾ ਆ ਜੇ, ਜਿਹਦੇ 75 ਸਾਲ ਦਾ ਹੋ ਗਿਆ ਉਹਦੇ 75 ਸਾਲ ਤੱਕ ਦੇ ਨੂੰ ਕਹੂੰ, ਫਿਰ ਨਹੀਂ ਕਹਿੰਦਾ ਵੀ ਚਲੋ 75 ਸਾਲ ਬਹੁਤ ਹੋ ਗਈ, ਹੁਣ ਆਪਾਂ ਬਾਹਰ ਚੈਲੰਜ ਵੀ ਕਰਦੇ ਚੰਗੇ ਨਹੀਂ ਲੱਗਦੇ, ਰੱਬ ਨੇ ਬਥੇਰੀ ਰੱਖ ਲਈ ਅਤੇ ਤੁਰੀਂਦਾ। ਥਰੇ ਘਰ ਸਧਾਰਨ ਖੁਰਾਕ ਹੈ ਉਹੀ ਖਾਈਂਦੀ ਹੈ, ਕਦੇ ਕਦੇ ਹਫ਼ਤੇ 'ਚ ਘਿਓ ਸ਼ੱਕਰ ਖਾ ਜਾਂਦੇ ਹਾਂ ਕਦੇ ਕਦੇ, ਉਹ ਬੜੀ ਚੰਗੀ ਲੱਗਦੀ। ਕਰਕੇ ਨਹੀਂ ਕਦੇ ਕਹਿੰਦੇ ਵੀ ਤੁਹਾਨੂੰ ਇਸ ਤਰ੍ਹਾਂ ਫਿਰੀ ਜਾਂ ਵੀ ਸਾਧਨ ਲੈ ਲਏ ਕੋਈ? ਨਹੀਂ ਉਹ ਤਾਂ ਪਤਾ ਹੈ ਆਪਦੀ ਮਨ ਮੌਜ ਹੈ, ਕਰਦੇ ਆਪ ਆਪਣੇ ਕਦੇ ਬਾਜ਼ਾਰ 'ਚ ਨਹੀਂ ਜਾਂਦੇ ਛੇ ਛੇਤੀ। ਅੱਛਾ ਉਹਦੀ ਕਦੇ ਵਾਸਤੇ ਵੀ ਸੜਕਾਂ ਦੇ ਜੋੜੇ ਘਸਾਉਣੇ ਕੋਈ ਗੱਲ ਹੈ? ਠੀਕ ਹੈ ਬਾਜ਼ਾਰ 'ਚ ਸਬਜ਼ੀ ਮੰਡੀ ਤੱਕ ਆ ਕੇ ਲਿਆਂਦੀ ਅਤੇ ਲਿਆਂਦੀ ਹੈ ਅਤੇ, ਪਰ ਉਹ ਬਾਜ਼ਾਰ ਦੇ ਵਿੱਚ ਐਂ ਨਹੀਂ ਵੀ ਆਵਾ ਲੁਧਿਆਣਾ ਫਲਾਣੇ ਪਾਸੇ ਚਲ ਗਏ, ਅੱਜ ਕਲੱਬ ਮੰਨੀ ਚਲ ਗਏ, ਅੱਜ ਪੱਬ ਮੰਨੀ ਚਲ ਗਏ, ਨਾ ਬਿਲਕੁਲ ਨਹੀਂ। ਪੂਰੀ ਤਰ੍ਹਾਂ ਘਰੇਲੂ ਪੇਂਡੂ ਸੁਭਾਅ ਦੀ ਔਰਤ ਕਰਦਾ ਸਾਰਾ ਕੰਮ ਕਰਨਾ, ਆਪਣੀ ਰਸੋਈ 'ਚ ਕਦੇ ਕੋਈ ਨੌਕਰ ਨਹੀਂ ਬੜਿਆ, ਭਾਂਡੇ ਵੀ ਆਪਦੇ ਆਪ ਧੋਈਂਦੇ ਆ, ਕਿਸੇ ਤੋਂ ਭਾਂਡੇ ਨਹੀਂ ਧਵਾਉਂਦੇ। ਥਰੀ ਗੁੱਡੀ ਹੈ ਉਹਨੂੰ ਨਹੀਂ ਕਦੇ ਲੱਗਿਆ ਵੀ ਬਾਪੂ ਬਲਕੌਰ ਸਿੰਘ ਅੱਜ ਕੱਲ੍ਹ ਤਾਂ ਮੇਰਾ ਡੈਡ ਮੇਰਾ ਫਲਾਣਾ ਅਤੇ ਕੱਪੜੇ? ਹਾਂ ਮੈਂ ਤੁਹਾਨੂੰ ਕੱਪੜੇ ਸੁਣਾਵਾਂ, ਮੇਰਾ ਇੱਕ ਯਾਰ ਹੈ ਉਹਨੂੰ ਮੈਂ ਖੇਤੀ ਕਰ ਰਿਹਾ, ਉਹਨੂੰ ਮੈਂ ਫੂਕ ਛਕਾ ਤੀ ਵੀ ਯਾਰ ਚਾਦਰਾ ਲਾਇਕ ਆ, ਮੈਂ ਕਿਹਾ ਮੈਂ ਤਾਂ ਸ਼ਹਿਰ ਮਾਰ ਰਿਹਾ ਲਾਈ ਫਿਰ ਰਿਹਾ ਚਾਦਰਾ ਲਾ, ਬੰਦਾ ਬਹੁਤ ਵਧੀਆ ਆਪਣਾ ਮਿੱਤਰ, ਚਾਦਰਾ ਲਿਆ ਪੰਗਾ ਛਿੜ ਗਿਆ ਛਿੜ ਗਿਆ। ਉਸਕੀਆਂ ਕੁੜੀਆਂ ਪੜ੍ਹ ਰਹੀਆਂ ਯੂਨੀਵਰਸਿਟੀ ਜਾ ਰਹੀਆਂ, ਨਾ ਪਾਪਾ ਨਾ ਨਾ ਕਹਿੰਦੇ ਗਲਤ ਹੈ, ਗਲਤ ਪਾਪਾ ਚਾਦਰਾ ਲਾਉਣਾ, ਚਾਦਰਾ ਲਾਉਣਾ ਕਹਿੰਦੇ ਵੀ ਚਾਦਰਾ ਲਾ ਲਿਆ ਤਾਂ ਹਮੇ। ਸੋ ਥਾਰੀ ਗੁੱਡੀ ਨੇ ਤਾਂ ਨਹੀਂ ਕਦੇ ਨਹੀਂ ਉਹਨੇ ਕਿਹਾ, ਕਿਉਂਕਿ ਜਮਾਂਦਰੂ ਘਰੇ ਹੀ ਚਾਦਰਾ ਸੀ ਪਤਾ ਤਾਂ ਪਤਾ ਹੈ, ਅਤੇ ਫਿਰ ਗੁੱਡੀ ਨੂੰ ਇਹ ਵੀ ਪਤਾ ਵੀ ਸਾਡਾ ਬਾਪੂ ਪੜ੍ਹਿਆ। ਸੱਤ ਕਿੰਨੀ ਐਮ ਏ ਕਰੀ? ਮੈਂ 11 ਸਬਜੈਕਟਾਂ ਦੇ ਉੱਤੇ ਤਕਰੀਬਨ 5500 ਤੋਂ ਵੱਧ ਕਿਤਾਬ ਪੜ੍ਹਤੀ। ਅੱਛਾ ਹਾਂ 11 ਸਬਜੈਕਟਾਂ 5500 ਤੋਂ ਕਿਤਾਬ ਵੱਧ ਪੜ੍ਹਤੀ, ਉਹਦੇ ਵਿੱਚ ਜਿਹੜੀਆਂ ਪੰਜਾਬੀ ਦੀਆਂ ਨਾ ਕਵਿਤਾਵਾਂ ਦੀਆਂ ਕਵਿਤਾਵਾਂ ਉਹਨੂੰ ਮੈਂ ਸ਼ਾਮਿਲ ਨਹੀਂ ਕਰਦਾ, ਕਿਉਂਕਿ ਪੰਜਾਬੀ ਦੀ ਕਿਤਾਬ ਆਈ ਖੁੱਲ੍ਹੀ ਕਵਿਤਾ, ਹਾਂਜੀ ਖੁੱਲ੍ਹੀ ਖੁੱਲ੍ਹੀ ਕਵਿਤਾ ਪੀੜੀ ਕਵਿਤਾ, ਹਾਂ ਸਾਰੀ ਤੰਗ ਹੈ ਉਹ। ਮੈਂ ਕਹਿੰਦਾ ਵੀ ਮੈਂ ਕਹਾਤਾ ਨਾ ਮਖੌਲ 'ਚ ਵੀ ਇਹ ਕਵੀ ਨਹੀਂ, ਇਹ ਕਵੀ ਵੇਖੋ ਪਿੰਗਲ ਅਤੇ ਅਰੂਜ ਦਾ, ਪਿੰਗਲ ਨਾਲ ਜਦੋਂ ਮੈਂ ਲਿਖੀ ਕਵਿਤਾ ਤਾਂ ਹੋ ਗਿਆ ਵਿਚਾਰਾਂ ਦਾ ਪਿੰਗਲਾ ਹੈ। ਇਸ ਕਰਕੇ ਖੁੱਲ੍ਹੀ ਅਤੇ ਮੋਕਲੀ ਕਵਿਤਾ ਜਿਹੜੀ ਨਾ ਉਹ ਚੰਗੀ ਲੱਗਦੀ ਹੈ, ਪੂਰ ਸਿਆ ਹੋਵੇ ਕੋਈ ਹੋਰ ਹੋਵੇ, ਅਤੇ ਇਹੋ ਜਿਹਾ ਵੀ ਕਰ ਲੈਂਦਾ ਪੜ੍ਹ ਲੈਂਦਾ, ਹੁਣ ਵੀ ਪੜ੍ਹੀ ਜਾਂਦਾ। ਅੱਛਾ ਤਾਂ ਮੈਂ ਪਹਿਲਾਂ ਕਿਤਾਬਾਂ ਕਿ ਨਹੀਂ ਕਿਸ ਤਰ੍ਹਾਂ ਆਏ ਫਿਰ? ਮੈਨੂੰ ਨਾ ਅਸਲ ਦੇ ਵਿੱਚ 5ਵੀਂ 6ਵੀਂ 'ਚ ਪੜ੍ਹਨ ਦਾ ਸ਼ੌਂਕ ਪੈ ਗਿਆ ਉਸ ਜ਼ਮਾਨੇ 'ਚ, ਮੈਂ ਨਿੱਕੇ ਹੁੰਦੇ ਨੇ ਗੀਤਾ ਲਿਆਂਦੀ। ਅੱਛਾ 54 'ਚ ਘਰਾਂ ਕੋਈ ਪੜ੍ਹਿਆ ਕਰਦਾ ਤਾਂ? ਨਾ ਸਾਰੇ ਅਨਪੜ੍ਹ, ਮਤਲਬ ਸਾਡੇ ਘਰੇ ਹੋਰ ਕੁਛ ਵੀ ਹੋ ਸਕਦਾ ਸੀ, ਵਿੱਦਿਆ ਨਹੀਂ ਹੋ ਸਕਦੀ ਸੀ। ਬਾਬਾ ਜੂ ਕਹਿੰਦੇ ਪੁੱਤ ਪੜ੍ਹਨਾ ਆਪਣੇ ਘਰੇ ਵਿੱਦਿਆ ਨਹੀਂ ਹੈ, ਪੜ੍ਹਨਾ ਹੈ ਆਪਣੇ ਘਰੇ ਵਿੱਦਿਆ ਨਹੀਂ ਵਿੱਦਿਆ। ਬਸ ਬਾਬੇ ਨੇ ਮੈਨੂੰ ਹੱਲਾ ਸ਼ੇਰੀ ਦੇ ਕੇ ਲਾ ਰੱਖਿਆ, ਫਿਰ ਮੈਂ ਗੀਤਾ ਲਿਆਂਦੀ, ਫਿਰ ਦੂਹੂਦ ਬਾਦਸ਼ਾਹ ਦਾ ਚਿੱਠਾ ਲਿਆਂਦਾ ਹੈਂ,
ਫਿਰ ਜਦ ਉਸ ਜ਼ਮਾਨੇ ਫਿਰ ਕਿੱਥੇ ਲੈ ਕੇ ਆਇਆ ਕਰਦੇ ਤੇ ਸਾਰਾ? ਹਾਂ ਸਾਰੇ ਕਿੱਸੇ ਨਹੀਂ, ਕਿੱਥੇ ਲੈ ਕੇ ਆਉਂਦੇ ਤੇ? ਇਹ ਉੱਥੇ ਆਪਣੇ ਪਿੰਡਾਂ ਕੋਲ ਕੁਰੰਗਾਲੀ ਪਿੰਡ ਸੀ, ਉੱਥੇ ਮੇਲਾ ਲੱਗਦਾ, ਮੇਲਿਆਂ ਦੇ ਹੁੰਦੇ ਤੇ ਮੇਲਿਆਂ 'ਤੇ ਇਹ ਫਿਰ ਇਹ ਸਾਰੇ ਮੇਲਿਆਂ 'ਤੇ ਕਿੱਸੇ ਆਉਣੇ, ਉੱਥੇ ਦੀਵਾਨ ਲੱਗਣੇ ਅਤੇ ਆਪਣੇ ਗਾਉਣ ਵਜਾਉਣ ਵਾਲੇ ਆਉਣੇ, ਢੱਡ ਸਾਰੰਗੇ ਵਾਲੇ ਆਉਣੇ, ਬੜੀਆਂ ਉਹਦਾ ਕਮਾਲ। ਹਾਂ ਮੇਲਾ 3 ਦਿਨ ਰਹਿੰਦਾ, ਪਤਾ ਹੀ ਨਹੀਂ ਲੱਗਦਾ ਸੀ 3 ਦਿਨ ਕਦੋਂ ਬੀਤ ਗਏ। ਕੋਲ ਖੇਡ ਹੋਣੇ, ਦੌੜਾਂ ਹੋਣੀਆਂ ਉੱਠਾਂ ਦੀਆਂ ਘੋੜਿਆਂ ਦੀਆਂ, ਕੌਡੀਆਂ ਖੇਡਣੀਆਂ, ਹੈਂ ਉਹ ਸਾਰੇ ਵੇਖਣ ਜਾਂਦੇ ਹੁੰਦੇ ਅਤੇ ਉਹ ਫਿਰ ਕਿਤਾਬਾਂ ਉਹ ਪੜ੍ਹਦੇ ਰਹਿੰਦੇ। ਫਿਰ ਕਿੱਸੇ ਪੜ੍ਹਨ ਲੱਗ ਗਏ, ਜਿਵੇਂ ਹੀਰ ਵਾਰਿਸ ਸ਼ਾਹ ਦਾ ਹੈ, ਇਹ ਕਿੱਸੇ ਆ ਗਏ 10ਵੀਂ ਤੱਕ। ਫਿਰ ਗੁਰਬਾਣੀ ਪੜ੍ਹਨ ਲੱਗ ਗਏ, ਫਿਰ ਅੰਗਰੇਜ਼ੀ ਪੜ੍ਹਨ ਲੱਗ ਗਏ। ਇਸ ਤਰ੍ਹਾਂ ਇਹਨਾਂ ਪੜ੍ਹਾਈ ਹੈ ਜਿਹੜੀ ਅੱਗੇ ਵੱਧਦੀ ਗਈ। ਫਿਰ ਇਕਨੋਮਿਕਸ ਪੜ੍ਹਨ ਲੱਗ ਗਏ, ਪੋਲੀਟੀਕਲ ਸਾਇੰਸ ਪੜ੍ਹਨ ਲੱਗ ਗਏ, ਇਤਿਹਾਸ ਬਹੁਤ ਪੜ੍ਹਨ ਲੱਗ ਗਏ। ਫਿਰ ਫਿਲਾਸਫੀ ਆ ਗਈ, ਸਾਈਕੋਲੋਜੀ ਆ ਗਈ, ਸੋਸ਼ੋਲੋਜੀ ਆ ਗਈ, ਇਹ ਪੜ੍ਹਨ ਲੱਗ ਗਏ। ਫਿਰ ਪੜ੍ਹਦਿਆਂ ਪੜ੍ਹਦਿਆਂ ਇੱਕ ਮੇਰੇ ਕਾਰਲ ਮਾਰਕਸ ਦੀ ਕਿਤਾਬ ਹੱਥ 'ਚ ਆ ਗਈ, ਉਹ ਪੜ੍ਹੀ ਅਤੇ ਫਿਰ ਮੈਂ ਉਹਦੀਆਂ ਸਰਮਾਇਆ ਕਿਤਾਬ ਹੈ ਉਹ ਲੈ ਆਉਂਦੀ ਮੁਕਤਸਰ ਦੇ ਮੇਲੇ ਤੋਂ, ਉਹ ਲਿਆ ਕੇ ਪੜ੍ਹੀ। ਫਿਰ ਸਾਰਾ ਆਚਾਰੀਆ ਰਜਨੀਸ਼ ਹੈ, ਜਿੰਨੀਆਂ ਉਹਦੀਆਂ ਸੀਡੀਆਂ ਸੁਣੀਆਂ, ਜਿੰਨੀਆਂ ਉਹਦੀਆਂ ਕਿਤਾਬਾਂ ਨੇ ਕੋਈ 630 ਤੋਂ ਵੱਧ ਉਹ ਪੜ੍ਹੀਆਂ। ਇਸ ਤਰ੍ਹਾਂ ਇਹਨਾਂ ਪੜ੍ਹਾਈ ਨਾਲ ਫਿਰ ਆਪਣਾ ਮਨ ਲੱਗਿਆ ਰਿਹਾ। ਆਪਾਂ ਨੂੰ ਸੁਖਣਾ ਵੀ ਜਦੋਂ ਆਊ ਪੜ੍ਹਾਈ ਦੇ ਜਾਊ। ਅੱਜ ਕੱਲ੍ਹ ਕਿੰਨੇ ਘੰਟੇ ਪੜ੍ਹਾਂ? ਘੱਟੋ ਘੱਟ 6 ਘੰਟੇ ਪੜ੍ਹਨਾ ਰੋਜ਼। ਰੋਜ਼ ਪੜ੍ਹਨਾ। ਕਿਸ ਟਾਈਮ? ਸਵੇਰੇ ਉੱਠਦਿਆਂ ਸਰ ਵੀ ਪੜ੍ਹੋ ਭਾਈ, ਫਿਰ 7:30 ਵਜੇ ਨਹਾ ਧੋ ਕੇ ਬਹਿਣਾ, ਫਿਰ ਪੜ੍ਹ ਲੱਗ ਜਾਣਾ। ਹੁਣ ਜਦੋਂ ਘਰ ਗਏ 8 ਵਜੇ ਗਏ ਰੋਟੀ ਖਾਂਦਿਆਂ ਸਰ, ਫਿਰ ਪੜ੍ਹਨ ਲੱਗ ਜਾਣਾ। 8:35 ਤੱਕ ਨਾ, 10:35 ਤੱਕ ਪੜ੍ਹਨਾ, ਫਿਰ ਸੌਂ ਜਾਣਾ। ਘੱਟੋ ਘੱਟ 6 ਘੰਟੇ ਲਾਜ਼ਮੀ ਆ। 20-22 ਕਿਲੋਮੀਟਰ ਤੁਰਨਾ, ਸੌਣਾ 6 ਘੰਟੇ ਆ, ਤੁਰਨਾ ਔਰ ਪੜ੍ਹਨਾ, ਪੜ੍ਹਨਾ ਹਾਂ, ਸੌਣਾ 6 ਘੰਟੇ ਆ। ਘਰਦਿਆਂ ਦੇ ਵੀ ਕੋਈ ਕੰਮ ਹੋਵੇ ਉਹ ਵੀ ਕਰ ਦੇਈਦਾ, ਹਾਲਾਂਕਿ ਘਰਦਿਆਂ ਦਾ ਕੰਮ ਮੈਂ ਘੱਟ ਕਰਦਾ, ਅਤੇ ਪਰ ਜੇ ਹੋਵੇ ਦੂਰ ਜਾਣ ਦਾ ਤਾਂ ਫਿਰ ਮੈਂ ਉਹ ਤਾਂ ਮੈਂ ਕਰਦਾ। ਬਾਈ ਆਪਣੇ ਪੰਜਾਬੀ ਦੇ ਬਾਰੇ ਮੈਂ ਕਿਹਾ ਜਿਹਾ ਪਤਾ ਹੀ ਹੈ ਵੀ ਇਹਨਾਂ ਦੇ ਘਰਾਂ ਕੋਠੀਆਂ ਕਾਰਾਂ ਹੈ ਨਹੀਂ, ਹਾਂ ਬੰਗਲੇ ਅਤੇ ਮੋਬਾਈਲ ਅੱਜ ਕੱਲ੍ਹ 1.5 ਲੱਖ ਦਾ ਇਕੱਲੇ ਇਕੱਲੇ ਕੀ ਜੇਬ ਮੈਂ ਨਿਕਲੇਗਾ, ਅਤੇ ਟਰੈਕਟਰਾਂ ਪਰ ਬੜੇ ਬੜੇ ਪੀਪੇ ਟੰਗੇ, ਟਰੈਕਟਰ 1 ਲੱਖ ਰੁਪਏ ਦਾ ਪੀਪਾ ਪੀਪਾ, ਫਿਰ ਉਹ 'ਤੇ ਲਿਖਣਗੇ ਜੱਟ ਦੀ ਸ਼ਾਨ। ਲੈ ਕੇ ਟਰੈਕਟਰ ਕਿਸ਼ਤਾਂ 'ਤੇ, ਜੱਟ ਦੀ ਸ਼ਾਨ ਲਾ ਕੇ ਗੂਠਾ ਹੈਂ, ਅਤੇ ਫਿਰ ਸਹੁਰੀ ਜਾਂਦਾ, ਖੇਤ 'ਚ ਨਹੀਂ ਵੜਦਾ, ਖੇਤ ਕਿਉਂਕਿ 2.5 ਏਕੜ ਹੈ। ਫਿਰ ਕੰਮ ਤਾਂ ਆਉਂਦਾ ਨਹੀਂ, ਫਿਰ ਸਟੰਟ ਕਰਦਾ ਫੇਸਬੁੱਕ ਪਰ ਭਜਾਉਣ ਵਾਸਤੇ, ਹਾਂ ਫਿਰ ਸਟੰਟ ਕਰਦਾ ਅਤੇ ਉਹਦੇ ਥੱਲੇ ਆ ਕੇ ਮਰਦਾ, ਕਿਉਂਕਿ 3 ਲੱਖ ਤੋਂ ਵੱਧ ਪੰਜਾਬ 'ਚ ਟਰੈਕਟਰਾਂ ਦੀ ਲੋੜ ਨਹੀਂ, ਹੋ ਗਏ 6.5 ਲੱਖ ਤੋਂ ਵੱਧ। ਬਾਈ ਮੈਂ ਪਿੱਛੇ ਬਾਬਾ ਫਰੀਦ ਮੇਲੇ ਪਰ ਗਿਆ ਫਰੀਦਕੋਟ, ਉੱਥੇ ਬੰਦੇ ਟਰੈਕਟਰ ਖਰੀਦੇ, ਮੈਂ ਕਿਹਾ ਇਹ ਟਰੈਕਟਰ ਤਾਂ ਪਹਿਲਾਂ ਹੀ ਇੰਨੇ ਆ, ਹਾਂ ਨਹੀਂ ਕਰ ਰਹੇ ਆ, ਹਾਂ ਉਹ ਨਵੀਂ ਪੀੜ੍ਹੀ ਬਸ ਜੱਟਾਂ ਦੀ ਜਿਹੜੀ ਨਵੀਂ ਪੀੜ੍ਹੀ ਹੈ। ਹਾਂ ਨਹੀਂ ਇਹ ਉਹ 'ਚ ਆ ਗਈ ਨਾ, ਫਿਊਡਲ ਮਾਨਸਿਕਤਾ ਬਣਾ ਦਿਓ, ਜੋ ਕੁਛ ਹੈ ਮੇਰੇ ਕੋਲ, ਮੇਰੇ ਕੋਲ ਗੁਆਂਢੀ ਕੋਲ ਨਹੀਂ, ਫਿਊਡਲ ਮਾਨਸਿਕਤਾ ਹੁੰਦੀ ਹੈ ਵੀ ਮੇਰੇ ਕੋਲ ਹੈ ਜੋ ਕੁਛ ਹੈ, ਗੁਆਂਢੀ ਕੋਲ ਕੁਛ ਨਹੀਂ, ਠੀਕ ਹੈ, ਮੇਰੀ ਜਨਾਨੀ ਵੀ ਨਹੀਂ ਕੋਈ ਵੇਖਦਾ, ਨਹੀਂ ਗੁਆਂਢੀ ਦੀ ਮੈਨੂੰ ਲਾਜ਼ਮੀ ਵੇਖਦਾ, ਫਿਊਡਲ ਮਾਨਸਿਕਤਾ। ਮੈਂ ਡੱਕਾ ਕੰਮ ਕਰਨਾ ਨਹੀਂ, ਗਰੀਬ ਦੇ ਕੰਮ ਕੀਤੇ ਦਾ ਮੁੱਲ ਦੇਣਾ ਨਹੀਂ, ਇਹ ਹੈ। ਹਾਂ ਬਾਣੀਆਂ ਦੀ ਗਹੂ ਅਤੇ ਬਹੂ ਆਪਣੇ ਬਹੀ ਅਤੇ ਗੂਠਾ ਜੁਲਾ ਦੇਣਾ। ਮੈਂ ਕਹਿੰਦਾ ਵੀ ਇਹ ਕੌਣ ਹੈ ਕਿ ਜੱਟ ਸਰਦਾਰ ਹਾਂ ਮੈਂ ਕਿਹੜਾ, ਆਦੀ ਜੀ ਬਸ ਗਰੀਬ ਦੇ ਗਲ 'ਚ ਗੂਠਾ, ਬਾਣੀ ਦੇ ਬਹੀ ਦੇ ਗੂਠਾ, ਬਾਣੀਆਂ ਦੀ ਬਹੀ ਦੇ ਗੂਠਾ, ਅਤੇ ਮਗਰੋਂ ਚਿਤਰਾਂ 'ਤੇ ਘਸਾ ਲੈਣਾ ਗੂਠਾ, 3 ਥਾਂ ਗੂਠਾ। ਅੱਛਾ ਕਿਤਾਬਾਂ ਵਾਲੀ ਬਾਤ ਮੈਂ ਚੈਰਿਆ ਵੀ ਆਪਣੇ ਲੋਕਾਂ ਦਾ ਸਾਰਾ ਕੁਝ, ਮੈਨੂੰ ਇੱਕ ਬੰਦਾ ਕਹਿ ਰਿਹਾ ਵੀ ਕਿਤਾਬਾਂ ਨਾ ਮਹਿੰਗੀਆਂ ਹੋਆ, ਹਾਂ
ਮੈਂ ਤੁਹਾਨੂੰ ਦੱਸ ਰਿਹਾ ਤਾਂ ਵੀ ਕਾਰ ਲੈਣ ਜਾਂ ਲੋਕ, ਉਹ ਕਹਿੰਦਾ ਜੀ ਕਾਰ ਕਿੰਨੇ ਦੀ, ਕਹਿੰਦਾ 10 ਲੱਖ ਦੀ। ਉਹ ਕਹਿੰਦਾ 10 ਲੱਖ ਦੀ ਨਹੀਂ, ਸਾਨੂੰ ਸੁਪਰ ਮਾਡਲ ਚਾਹੀਦਾ। ਸੁਪਰ, ਹਾਂ। ਉਹ ਕਹਿੰਦੇ ਸੁਪਰ ਮਾਡਲ ਭਾਅ ਜੀ ਕੋਸਟਲੀ ਕੋਸਟਲੀ ਹੈ ਥੋੜ੍ਹਾ ਜਿਹਾ। ਕਿੰਨਾ ਕੋਸਟਲੀ ਹੈ? ਉਹ ਕਹਿੰਦੇ 50,000 ਕੋਈ ਪ੍ਰੋਬਲਮ, ਕਹਿੰਦਾ ਨੋ ਮੈਟਰ ਨੋ ਮੈਟਰ, ਸੁਪਰ ਮਾਡਲ ਨਹੀਂ। ਹਾਂ, ਕਾਰ ਮਤਲਬ ਕਿ ਸਸਤੀ ਹੈ, ਕਿਤਾਬ ਹੈ ਜਿਹੜੀ 100 ਰੁਪਏ ਵਾਲੀ, 500 ਵਾਲੀ, ਦੋ ਮਹਿੰਗੀ ਹੈ। ਮਹਿੰਗੀ ਹੈ, ਵੇਖੋ ਕਮਾਲ ਨਹੀਂ, ਕਮਾਲਾ ਹੈ। ਹਾਂ, ਔਰ ਸਾਰੀ ਉਮਰ ਜਿਹੜੀ ਕਿਤਾਬ ਹੈ, ਤੁਹਾਨੂੰ ਉਹਨੇ ਗਿਆਨ ਦੇਣਾ, ਸੂਚਨਾ ਦੇਣੀ। ਕਾਰ ਨੇ ਸਾਰਾ ਲਹੂ ਪੀਣਾ, ਹਾਂ, ਉਹਨੇ 15 ਸਾਲਾਂ 'ਚ ਕਬਾੜ ਬਣ ਕੇ ਬਾਹਰ ਤੁਰ ਜਾਣਾ। ਫਿਰ ਵਿੱਦਿਆ ਤਾਂ ਇਹੀ ਚੀਜ਼ ਹੈ, ਮੈਂ ਫਿਲੋਸਫੀ ਦੀ ਐਮਏ ਕੀਤੀ, ਉਹਦੇ ਵੀ ਇੱਕ ਪਰਚਾ ਯੂਨਾਨ ਦੀ ਹਿਸਟਰੀ ਦਾ, ਹਿਸਟਰੀ ਆਫ ਗ੍ਰੀਕ ਫਿਲੋਸਫੀ, ਇੱਕ ਪਰਚਾ ਸੀ, ਪੜ੍ਹਨਾ ਪੈਂਦਾ। ਮੈਂ ਪੜ੍ਹੀ, ਅੰਗਰੇਜ਼ੀ ਸੀਗੀ ਉਹ, ਪੜ੍ਹ ਕੇ ਦੇ ਪਾਸ ਹੋ ਗਏ। ਉਹ ਕਿਤਾਬ ਮੈਂ ਫਿਰ 30 ਸਾਲਾਂ ਬਾਅਦ ਪੜ੍ਹੀ, ਕੁਦਰਤੀ ਮੇਰੇ ਹੱਥ 'ਚ ਲੱਗ ਗਈ, ਮੈਂ ਯਾਰ ਪੜ੍ਹੀ ਗਏ ਇਹਨੂੰ 30 ਸਾਲਾਂ ਬਾਅਦ ਪੜ੍ਹੀ, ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਮੈਂ ਕਿਤਾਬ ਪੜ੍ਹੀ, ਮੈਂ ਯਾਰ ਜਿੱਦੇ ਤੂੰ ਮੈਂ ਧਿਆਨ ਦਿੱਤਾ ਸੀ ਇਹ ਕਿਤਾਬ ਪੜ੍ਹ ਕੇ, ਉਹਦੇ ਤਾਂ ਤੈਨੂੰ ਇਸ ਕਿਤਾਬ ਦੀ ਸਮਝ ਹੀ ਨਹੀਂ ਸੀ। ਅੱਜ ਮੈਂ ਜ਼ਿਆਦਾ ਸਮਝ ਆਈ ਹੈ। ਕਿਤਾਬ ਤੁਸੀਂ ਜਿੰਨੇ ਵਾਰੀ ਪੜ੍ਹੋਗੇ ਅਤੇ ਜਿੰਨੇ ਟਾਈਮ ਦੇ ਵਿੱਚ ਪੜ੍ਹੋਗੇ, ਉਹਦੇ ਤੁਹਾਨੂੰ ਵੱਖਰੇ ਅਰਥ ਨਜ਼ਰ ਆਉਣਗੇ, ਔਰ ਵੱਡੇ ਵਿਸ਼ਾਲ ਅਰਥ ਨਜ਼ਰ ਆਉਣਗੇ। ਨਹੀਂ, ਸਾਰੀਆਂ ਚੀਜ਼ਾਂ ਦਾ ਕਬਾੜ ਬਣ ਜਾਂਦੀਆਂ, ਕਿਤਾਬ ਕਦੇ ਕਬਾੜ ਨਹੀਂ ਬਣਦੀ, ਉਹ ਤਾਂ ਥੋੜ੍ਹੇ ਜਿਵੇਂ ਕਹਿੰਦੇ ਕਬਾੜ ਖੋਲ੍ਹ ਦਿੰਦੀ ਆ। ਆਪਣੇ ਲੋਕਾਂ ਨੇ ਤਾਂ ਉਹ ਹੈ ਨਾ, ਗੁਰੂ ਸਾਹਿਬ ਨੇ ਆਪਾਂ ਨੂੰ ਐਡਾ ਫਲਸਫਾ ਦਿਆ, ਉਹ ਨਹੀਂ ਪੜ੍ਹਿਆ, ਉਹ ਨਹੀਂ ਪੜ੍ਹਿਆ। ਵੇਖੋ, ਇਤਿਹਾਸ ਦੇ ਵਿੱਚ ਕਈਆਂ ਨੂੰ ਗੱਲ ਬਹੁਤ ਬੁਰੀ ਲੱਗਦੀ ਹੋਣੀ ਹੈ। ਮੈਂ ਕਹਿੰਦਾ ਵੀ ਬਾਬਾ ਨਾਨਕ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ ਆਪਦੇ ਵੇਲੇ ਦੇ ਸਭ ਤੋਂ ਵੱਡੇ ਵਿਦਵਾਨ ਸੀ। ਅਰਬੀ, ਫਾਰਸੀ, ਸੰਸਕ੍ਰਿਤ, ਹਿੰਦੀ, ਸਿੰਧੀ, ਬ੍ਰਿਜ ਭਾਸ਼ਾ, ਹੈਂ, ਉਹ ਐਡੇ ਵਿਦਵਾਨ, ਅਤੇ ਜਿਹੜੇ ਅਸੀਂ ਉਹਨਾਂ ਦੇ ਚੇਲੇ ਹਾਂ, ਅਤੇ ਅਸੀਂ ਕਿਤਾਬ ਨੂੰ ਵੇਖ ਕੇ ਪਸੀਨਾ ਛੁੱਟ ਜਾਂਦਾ ਵੀ ਤਾਂ ਪੜ੍ਹਨਾ ਹੀ ਨਹੀਂ। ਇੱਕ ਬੰਦਾ ਕਹਿੰਦਾ ਵੀ ਜੇ ਪੰਜਾਬ ਦੇ ਬੰਦੇ ਨੂੰ ਕਿਸੇ ਨੂੰ ਨੀਂਦ ਨਾ ਆਵੇ, ਟੀਕੇ ਲਾਉਣ ਦੇ ਬਾਵਜੂਦ ਵੀ, ਗੋਲੀਆਂ ਦੇਣ ਦੇ ਬਾਵਜੂਦ ਵੀ, ਤਾਂ ਫਿਰ ਕਿਵੇਂ ਨੀਂਦ ਆ ਸਕਦੀ ਹੈ? ਮੈਂ ਕੋਈ ਖਾਸ ਗੱਲ ਨਹੀਂ, ਪਤਾ ਕੀ ਗੱਲ, ਮੈਂ ਇੱਕ ਕਾਗਜ਼ ਲਓ, ਉਹਦੇ 'ਤੇ ਇੱਕ ਲਿਖ ਦਿਓ ਊੜਾ, ਇੱਕ ਲਿਖ ਦਿਓ ਜਈਆ, ਇੱਕ ਲਿਖ ਦਿਓ ਵਾਹਵਾ, ਅਦਾ ਹੈ ਬਸ। ਉਹਨੂੰ ਮੈਂ ਕਾਲੀ ਲੀਰ 'ਚ ਬਲੇਟ ਕੇ ਬੰਦੇ ਦੇ ਮੱਥੇ 'ਤੇ ਬੰਨ ਦਿਓ, 15 ਮਿੰਟਾਂ ਬਾਅਦ ਉਹ ਸੌਂਜੂਗਾ, ਅਤੇ ਤੜਕੇ ਤੱਕ ਉਹਦੀ ਨੀਂਦ ਨਹੀਂ ਖੁੱਲ੍ਹਣੀ। ਅਤੇ ਉਹ ਕਿਉਂ? ਮੈਂ ਵਿੱਦਿਆ ਦਾ ਭਾਰ ਨਹੀਂ ਸਹਿ ਸਕਦਾ, ਗੋਹੇ ਦਾ ਟੋਕਰਾ ਜਦੋਂ ਮਰਜ਼ੀ ਧਰ ਦੇ। ਸਹੀ ਚੰਗਿਆੜਾ, ਹੈਂ, ਅਸਲੀ ਗੱਲ ਹੈ। ਵਿੱਦਿਆ ਦਾ ਭਾਰ 3 ਅੱਖਰ ਨਹੀਂ ਸਹਿੰਦਾ ਵਿੱਦਿਆ ਦੇ, ਅਤੇ ਮੈਂ ਵੱਡਾ ਜਿਹੜਾ ਟੋਕਰਾ ਹੁੰਦਾ ਨਾ 1.25 ਮਣ ਪੱਕੇ ਦਾ, ਉਹ ਗੋਹੇ ਕੂੜੇ ਦਾ ਭਰ ਕੇ ਅਤੇ ਸਿਰ 'ਤੇ ਧਰ ਦਿਓ, ਜਮੀ ਭਾਰ ਨਹੀਂ ਲੱਗਦਾ। ਹਾਂ, ਇਹ ਇਹਨਾਂ ਦੀ ਮਾਨਸਿਕਤਾ ਹੀ ਇਹੋ ਜਿਹੀ ਹੈ ਇਹਨਾਂ ਦੀ, ਹੋਰ ਕੋਈ ਕਹਾਣੀ ਨਹੀਂ। ਮਤਲਬ ਗੁਰੂ ਸਾਹਿਬ ਤੋਂ ਵੱਧ ਪੜ੍ਹੇ ਲਿਖੇ ਹੋਣ, ਮੈਂ ਕਿਹਾ ਮੁਹੰਮਦ ਸਾਹਿਬ ਤੋਂ ਵੱਧ ਪੜ੍ਹੇ, ਈਸਾ ਤੋਂ ਵੱਧ ਪੜ੍ਹੇ, ਈਸਾ ਦਾ ਵਿਚਾਰਾ ਪੜ੍ਹੇ ਨਹੀਂ ਸੀ। ਮੈਂ ਕਿਹਾ ਵਰਧਮਾਨ ਮਹਾਂਵੀਰ ਤੋਂ ਵੱਧ ਪੜ੍ਹੇ, ਅਸ਼ੋਕ ਤੋਂ ਆਪਣੇ ਮਹਾਤਮਾ ਬੁੱਧ ਤੋਂ ਵੱਧ ਪੜ੍ਹੇ, ਮੂਸੇ ਤੋਂ ਵੱਧ ਪੜ੍ਹੇ, ਜਿੰਨੇ ਮਰਜ਼ੀ ਮੈਂ ਪੀਰਾਂ ਦੇ ਨਾਲ, ਰਾਮਚੰਦਰ ਤੋਂ ਵੱਧ ਪੜ੍ਹੇ, ਕ੍ਰਿਸ਼ਨ ਤੋਂ ਵੱਧ ਪੜ੍ਹੇ, ਹੈਂ, ਅਤੇ ਤੁਸੀਂ ਮੈਂ ਉਹਦੇ ਗਾਂਹ ਚੇਲੇ ਹੋ, ਉਹਦਾ ਅਸੀਂ ਜਮੀ ਨਹੀਂ ਪੜ੍ਹੇ, ਹੈ, ਪੜ੍ਹਨੇ ਚਾਹੀਦੇ। ਬਹੁਤ ਸਹੀ ਗੱਲ ਹੈ। ਅੱਛਾ, ਮੈਂ ਇੱਧਰ ਗਿਆ ਕੇਰਲਾ, ਮੇਰਾ ਦੋਸਤ ਆਈਸਕ ਪੌਲ, ਕਲੀ ਕਰਾ ਲੋਕਾਂ ਘਰਾਂ, ਹਾਂਜੀ, ਅਲਮਾਰੀਆਂ ਭਰੀਆਂ ਪਈਆਂ ਕਿਤਾਬਾਂ। ਹਾਂ, ਵੇਖੋ, ਮਾਂ ਬਾਪ ਦੀ ਵੱਖਰੀ ਅਲਮਾਰੀ, ਕਿ ਲੜਕੀਆਂ ਉਹਨਾਂ ਲਈ ਵੱਖਰੀ, ਇੰਡੀਪੈਂਡੈਂਟ ਬੱਚਾ ਤੁਸੀਂ, ਇੰਡੀਪੈਂਡੈਂਟ,
ਲੋੜ ਆ ਨਹੀਂ ਹੈ। ਘਰ 'ਚ ਤਿੰਨ ਤਿੰਨ ਚਾਰ ਚਾਰ ਲਾਇਬ੍ਰੇਰੀ, ਨਿੱਜੀ ਪਰਸਨਲ ਲਾਇਬ੍ਰੇਰੀਆਂ, ਅਤੇ ਆਪਣੇ ਮੇਰਾ ਖਿਆਲ 10 ਪਿੰਡਾਂ ਦੇ ਵਿੱਚ 10 ਕਿਤਾਬਾਂ ਵੀ ਨਹੀਂ ਮਿਲਦੀਆਂ ਪਿੰਡਾਂ 'ਚ। ਘਰ ਦੀ ਤਾਂ ਗੱਲ ਛੱਡੋ, ਹਾਂ ਸ਼ਰਾਬ ਦੀ ਬੋਤਲ ਤਕਰੀਬਨ ਸਾਰਿਆਂ ਦੇ ਮਿਲਦੀ, ਫੀਮ ਵੀ ਕਿਤੇ ਨਾ ਕਿਤੇ ਪਈ ਮਿਲਦੀ ਹੈ। ਇੱਕ ਪਿੰਡ ਵਾ ਮੈਂ ਗਿਆ, ਉੱਥੇ ਮੇਲਾ ਲੱਗਿਆ ਤਾ, ਕਿਤਾਬਾਂ ਵਾਲੇ ਵੀ ਗਏ ਵੇ, ਅਤੇ ਉੱਥੇ ਪਿੰਡ ਵਾ ਮੈਂ ਜਾਣਦਾ ਤਾ, ਉਹ ਕੋਈ ਬੰਦੇ ਕਹਿ ਰਹੇ ਵੀ ਇੱਕ ਬੰਦਾ ਨਾ ਕਿਤਾਬ ਲੈ ਗਿਆ ਮੁੱਲ। ਮੈਂ ਕਿਤਾਬ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਉਹਦੇ ਕੋਈ ਹੈ ਨਹੀਂ, ਮੈਂ ਕਿਹਾ ਕਿਤਾਬ ਵੀ ਕੀ ਹੋਈ, ਕਹਿੰਦਾ ਇੱਕ ਬੰਦਾ ਲੈ ਗਿਆ ਮੁੱਲ। ਮੈਂ ਕਿਹਾ ਯਾਰ ਕਿਹੜਾ ਸੂਰਮਾ ਬਲਾ ਹੋ ਯਾਰ, ਇਹ ਪਿੰਡ ਦਾ ਕਮਾਲ ਹੈ, ਮੈਂ ਕਿਹਾ ਕਰਦਾ ਇਹਦਾ ਐਡਾ ਕੰਮ ਕਰਦਾ ਵੀ ਇੱਕ ਬੰਦਾ ਨਿਕਲਿਆ ਨਿਕਲਿਆ। 100-100 ਪਿੰਡਾਂ ਮਾ ਨਹੀਂ ਹੈ ਬਾਈ, ਹੈ ਨਹੀਂ ਬਿਲਕੁਲ, ਕਿਤਾਬ ਨਹੀਂ ਹੱਥ ਲਾਉਣੀ, ਡਾਂਗ ਚੱਕ ਲੈਣੀ ਹੈ, ਖੂੰਡਾ ਚੱਕ ਲੈਣਾ, ਲਲਕਾਰਾ ਮਾਰ ਦੇਣਾ, ਖੰਘੂਰਾ ਮਾਰ ਦੇਣਾ, ਹੈਂ ਬਿਨਾਂ ਖੰਘ ਤੋਂ ਖੰਘੂਰਾ। ਹੈਂ ਮੈਨੂੰ ਇੱਕ ਹਰਿਆਣੇ ਕਾ ਅੰਬਾਲੇ ਕਾ ਬੰਦਾ ਮਿਲਿਆ ਕਿਸੇ ਭੋਗ ਮਾ, ਉਹ ਕਹਿ ਰਿਹਾ ਵੀ ਜਿਹੜੇ ਮਾਰੇ ਇਲਾਕੇ ਕੇ ਛੋਕਰੇ ਹੈ ਛੋਕਰੇ, ਉਹ ਕਹਾਂ ਵੀ ਟਰੈਕਟਰ ਪਰ ਜਿਹੜੇ ਉਹ ਪੀਪੇ ਬੜੇ ਬੜੇ ਢੋਲ ਲੋਕਾਂ ਦੇ ਸਿਰ ਪਾੜਨ ਦੇ ਨੂੰ, ਦਿਮਾਗ ਪਾੜਨ ਦੇ ਨੂੰ, ਕਹਿ ਰਿਹਾ ਵੀ ਪੰਜਾਬ ਲਗਾਓ, ਪੰਜਾਬ ਮਾ ਲਵਾਉਣਾ ਵਾ, ਇਹ ਪੰਜਾਬ ਮਾ ਹੀ ਹੈ ਸਾਰਾ ਖੜਾ ਸਾਰਾ ਖੜਾ। ਹਰਿਆਣੇ ਉਹ ਵੀ ਨਹੀਂ ਹੈ, ਨਹੀਂ ਉੜੀ ਹੈ ਫੋਕਰਾ। ਇਹਦੇ ਵਿੱਚ ਬਾਈ ਮੈਨੂੰ ਲੱਗਦਾ ਜਿਹੜੇ ਗਾਣੇ ਵਾਲੇ ਆ ਨਾ ਅਤੇ ਫਿਲਮ ਵਾਲੇ, ਇਹਨਾਂ ਨੇ ਸਭ ਤੋਂ ਵੱਧ ਗੰਦ ਪਾਇਆ ਗੰਦ, ਅਤੇ ਉਹ ਗੰਦ ਨੂੰ ਅਸੀਂ ਹੱਲਾਸ਼ੇਰੀ ਦਿੱਤੀ। ਜੱਟ ਦੀ ਮੁੱਛ ਦਾ ਸਵਾਲ ਹੈ, ਜੱਟ ਦਾ ਗੰਡਾਸਾ, ਪਹਿਲਾਂ ਤਾਂ ਫਿਲਮ ਹੀ ਇਹੋ ਜਿਹਾ ਆਪਣਾ ਨਖਰਾ ਜੱਟੀ ਦਾ, ਗੰਡਾਸਾ ਜੱਟ ਦਾ, ਫਲਾਣਾ ਜੱਟ ਇਹੋ ਜੇ, ਕਬਜ਼ਾ ਲੈਣਾ, ਹੈਂ ਚੱਕ ਲਓ ਮਦੂਖਾਂ, ਮਤਲਬ ਵਿੱਦਿਆ ਨਹੀਂ ਕਹਿਣਾ ਵੀ ਜਾ ਕੇ ਪੜ੍ਹਨਾ, ਉਹ ਚੱਕ ਲਓ ਕਿਤਾਬਾਂ। ਕਬਜ਼ਾ ਤਾਂ ਪੰਜਾਬ 'ਤੇ ਜਾ ਰਿਹਾ ਆਪਣਾ, ਤੁਸੀਂ ਕਬਜ਼ਾ ਲੈਣਾ, ਕਿਸਕਾ ਕਬਜ਼ਾ ਗਿਆ, ਕਬਜ਼ਾ ਤਾਂ ਆਪਣਾ ਚਲੇ ਗਿਆ। ਹਾਂਜੀ ਥੋੜ੍ਹੇ ਵਾਸਤੇ ਇਕੱਲੀ ਕਬਜ਼ ਰਹਿ ਜਾਣੀ ਹੈ, ਕਬਜ਼ਾ ਨਾ ਰੁੜਿਆ, ਹਾਂ ਤਿੰਗੀ ਜਾਇਓ ਬੈਠੇ, ਹੈਂ ਕਬਜ਼ ਰਹਿ ਜਾਣੀ, ਕਬਜ਼ਾ ਗਿਆ, ਹਾਂ ਤਿੰਗੀ ਜਾਇਓ ਬੈਠੇ, ਕਿਸੇ ਵੀ ਦਵਾਈ ਨਾਲ ਲੋਟ ਨਹੀਂ ਆਉਣੀ, ਕਬਜ਼ਾ ਇਹਦਾ ਸੀਰੀਅਸ ਨਾ ਬਾਈ, ਗੱਲ ਸੱਚੀ ਹੈ, ਮੈਂ ਤਾਂ ਹੈਰਾਨ ਹੈ, ਕਮਾਲ ਹੈ। ਤਿੰਨ ਪੈਣ ਦਾ ਜਿਹੜਾ ਇਹਨਾਂ ਦਾ ਦੁਸ਼ਮਣ ਉਹ ਇਹਨੂੰ ਚੰਗਾ ਲੱਗਦਾ। ਬਸ ਨਾ ਪਿਛਲੇ ਕੀ ਗੱਲ ਸੀ, 1960 ਤੋਂ ਲੈ ਕੇ ਨਾ, ਕਾਰਨ ਕੀ ਸੀ, 1960 ਤੋਂ ਬਾਅਦ ਕੰਮ ਸ਼ੁਰੂ ਹੋਇਆ। ਪਹਿਲਾਂ ਮਤਲਬ ਚੰਗਾ ਵੀਰ ਅਸੀਂ 12 ਸੁਣਦੇ ਸੀ ਪਿੰਡਾਂ ਦੇ ਬੰਦੇ। ਇਹ ਜਿਹੜਾ ਇੱਥੇ ਮੈਂ ਬਾਤ ਕਰ ਰਹੇ ਵਿੱਚ ਹੈ, ਖਾੜਕੂ ਲਹਿਰ ਮਾ KPS ਗਿੱਲ ਖਾਸ ਤੌਰ 'ਤੇ ਸੱਭਿਆਚਾਰਕ ਮੇਲੇ ਸ਼ੁਰੂ ਕਰੇ, ਉਹਨੇ ਕਰਵਾਏ ਸੀ ਨਾ, ਵੀ ਇਹਨਾਂ ਨੂੰ ਦਿਮਾਗ 'ਤੇ ਕਰੋ, ਨਹੀਂ ਤਾਂ ਪ੍ਰਭਾਵ ਮਾ ਖਤਮ ਕਰ ਦੇਂਗੇ। ਹਾਂਜੀ ਦਿਮਾਗ ਦੇ ਵਿੱਚ ਉਹ ਕੀ, ਉਦੋਂ ਪਹਿਲਾਂ ਗੱਲ ਇਹ ਸੀ ਵੀ ਲੋਕਾਂ ਦੇ ਵਿੱਚ ਇੱਕ ਆਪਣੇ ਖੁਸ਼ ਹੈਸੀਅਤ ਟੈਕਸ ਦਾ ਮੋਰਚਾ ਲਾਇਆ ਸੀ। ਹਾਂ ਬਹੁਤ ਪਹਿਲਾਂ, ਹਾਂ 1959-59 'ਚ ਤੂੰ ਮੋਰਚਾ ਲਾਇਆ ਸੀ ਅਤੇ ਉਹਨਾਂ ਨੇ ਟੈਕਸ ਵਾਪਸ ਕਰਵਾਇਆ ਸੀ। ਉਦੋਂ ਗੀਤ ਹੁੰਦਾ ਸੀ ਵੀ ਕੈਰੋਂ ਤੇਰੇ ਆਉਣ ਉੱਤੇ ਅਸੀਂ ਪੈਰ ਚੁੱਕੇ, ਅਸੀਂ ਪੱਬ ਚੁੱਕੇ, ਤੂੰ ਸਾਨੂੰ ਚੁੱਕਿਆ, ਤੈਨੂੰ ਰੱਬ ਚੁੱਕੇ, ਇਹ ਗਾਣਾ ਹੁੰਦਾ ਸੀ ਉਦੋਂ। ਅਤੇ ਅਸੀਂ ਛੋਟੇ ਜਵਾਕ ਅਸੀਂ ਤਾੜੀਆਂ ਮਾਰ ਦਿੰਦੇ, ਕਹਿਣਾ ਵੀ ਤੈਨੂੰ ਰੱਬ ਚੁੱਕੇ ਹੋਏ, ਤੈਨੂੰ ਰੱਬ ਚੁੱਕੇ। ਹੈਂ ਉਸ ਤੋਂ ਪਹਿਲਾਂ ਪਰਜਾ ਮੰਡਲ ਲਹਿਰ ਸੀ, ਅਤੇ ਉਹ ਪਰਜਾ ਮੰਡਲ ਲਹਿਰ ਜਿਹੜੇ ਵੱਡੇ ਵੱਡੇ ਜਾਗੀਰਦਾਰ ਸੀ ਉਹਨਾਂ ਦੀਆਂ ਜ਼ਮੀਨਾਂ ਵਾਧੂ ਸਣਗੀਆਂ ਅਤੇ ਉਹ ਕਿਸਾਨ ਨੂੰ ਮਿਲੀਆਂ ਸੀ। ਉਹ ਦੋ ਲਹਿਰਾਂ ਅਤੇ ਖੱਬੀਆਂ ਸੋਚ ਪੰਜਾਬ 'ਤੇ ਭਾਰੂ ਹੋ ਰਹੀ ਸੀ। ਉਹਨਾਂ ਦੀ ਸੋਚ ਨੂੰ ਇਹਨਾਂ ਨੇ ਨਾ ਖੁੰਡਾ ਕਰਨ ਦੇ ਵਾਸਤੇ, ਅਤੇ ਫਿਰ ਆਹ ਅਖੌਤੀ ਮਿਰਜ਼ਾ ਸਾਹਿਬਾਂ ਵਾਲੇ ਜਿਹੜੇ ਕਿੱਸੇ ਹੈ, ਹੈਂ ਸਾਹਿਬਾਂ ਰੰਨ ਬਣਾਤੀ, ਹੈਂ ਪਦਮਣੀ ਬਣਾਤੀ, ਹੈਂ ਕਿਸੇ ਬਾਣੀ ਦੀ ਦੁਕਾਨ ਮਿੱਟੀ ਦੇ ਤੇਲ ਨਾਲ ਭਰਤੀ, ਹੈਂ ਅਤੇ ਉਹ ਇਹੋ ਜਿਹੇ ਫਿਊਡਲ ਯੁੱਗ ਦੇ ਕਿੱਸੇ ਆ ਜਿਹੜੇ, ਉਹਨਾਂ 'ਤੇ ਜ਼ੋਰ ਪਾਤਾ। ਉਹ ਜ਼ੋਰ ਪਾਉਣ ਨਾਲ ਉਹ ਜਿਹੜੀ ਜਵਾਨੀ ਨੇ ਚਿੰਤਨ ਵਾਲੇ ਪਾਸੇ ਵਧਣਾ ਸੀ, ਉਹ ਰੋਮਾਂਸ ਵਾਲੇ ਪਾਸੇ ਆ ਗਏ। ਦਸਵੀਂ ਦੇ ਵਿੱਚ ਮੈਂ ਪੰਜਾਬੀਆਂ ਪੜ੍ਹਦੇ ਰਹੇ, ਮਿਰਜ਼ਾ ਸਾਹਿਬ ਹੀਰਾਂ 'ਚ ਕਮਾਲ ਹੈ, ਦੇਖੋ ਉੱਥੇ ਕਿਆ ਕਰ ਰਹੇ ਆ, ਹਾਂ ਕੀ ਕਰ ਰਿਹਾ ਹੈ ਮੁਲਕ ਦਾ ਮਿਰਜ਼ਾ, ਆਪਣੇ ਪੰਜਾਬ ਦਾ ਮਿਰਜ਼ਾ ਨਾਇਕ,
ਸਹਿਬਾਂ ਕਿਹੜੀ ਪਦਮਣੀ ਉਹ ਵੀ ਵਾਹ ਨਹੀਂ ਮੈਂ ਵੇਖਿਆ ਮੈਂ ਤੈਨੂੰ ਆਪ ਤੋਂ ਸੋਹਣੀ ਵਿਆਹ ਦਿਆਂ ਮੈਂ ਰੂਪ ਜੱਟੀ ਦਾ ਧੰਨ ਹੈਂ ਇਹੋ ਜਿਹਾ ਲਫ਼ਜ਼ ਕਰਕੇ ਕਿਵੇਂ ਰੰਨ ਧੰਨ ਕਿਹੋ ਜਿਹੇ ਜੁੜਦੇ ਸੀਗੇ ਹੈਂ ਉਹਦੇ ਵਿੱਚ ਪਾ ਕੇ ਰੋਮਾਂਟਿਕ ਭਾਵਨਾ ਭਰਤੀ ਅਤੇ ਜਿਹੜੀ ਥੋੜ੍ਹੀ ਸਮਾਜ ਦੀ ਚੇਤਨਾ ਦੀ ਥੋੜ੍ਹੀ ਕੋਈ ਲੌਜਿਕ ਅਤੇ ਤਰਕ ਆ ਰਿਹਾ ਸੀਗਾ ਨਾ ਵਿਵੇਕ ਉਹ ਖੁੰਡਾ ਕਰਤਾ ਅਤੇ ਖੁੰਡੇ ਤਰਕ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੁੰਦਾ ਰਾਜਕਾਰ ਦਾ ਸ਼੍ਰੇਣੀ ਨੂੰ ਕੋਈ ਖਤਰਾ ਨਹੀਂ ਹੁੰਦਾ ਫਿਰ ਬਸ ਇਹਨੇ ਕਹਿ ਦਿਓ ਬਈ ਇਹ ਬੰਦੇ ਬੜੇ ਬਹਾਦਰ ਹੁੰਦੇ ਆ ਬਹਾਦਰ ਜਿਹੜੇ ਬੰਦੇ ਨੂੰ ਕੋਈ ਬੰਦਾ ਮੂੰਹ 'ਤੇ ਬਹਾਦਰ ਕਵੇ ਅਤੇ ਪਿੱਠ ਪਿੱਛੇ ਉਹਨੂੰ ਪਾਗਲ ਆਖਿਆ ਜਾਂਦਾ ਇਹ ਤਾਂ ਯਾਰ ਪਾਗਲ ਹੈ ਕੀ ਇਹਦਾ ਨਾਂ ਲੈਣਾ ਮੂੰਹ 'ਤੇ ਉਹਨੂੰ ਬਹਾਦਰ ਜਦੋਂ ਤੁਸੀਂ ਪਿੱਠ ਮੋੜੀ ਨਹੀਂ ਅਗਲੇ ਪਾਗਲ ਹੈ ਉਦੋਂ ਫਿਰ ਤੁਹਾਨੂੰ ਕਿਤੇ ਨਾ ਕਿਸੇ ਪਾਸੇ ਲੜਾਈ ਕਲੇਸ਼ 'ਚ ਪਾ ਕੇ ਨਾ ਮਰਵਾਉਣਾ ਹੁੰਦਾ ਭਾਵੇਂ ਪਾਕਿਸਤਾਨ ਨਾਲ ਲੜਕੇ ਮਰਵਾ ਦਿਓ ਭਾਵੇਂ ਚੀਨ ਨਾਲ ਲੜਕੇ ਮਰਵਾ ਦਿਓ ਭਾਵੇਂ ਬੰਗਲਾਦੇਸ਼ 'ਚ ਮਰਵਾ ਦਿਓ ਇਹ ਧੰਦਾ ਇਹਨਾਂ ਦਾ ਕਰਨਾ ਹੀ ਕਰਨਾ ਇੱਕ ਪਿੱਛੇ ਪੰਜਾਬੀ ਯੂਨੀਵਰਸਿਟੀ ਮੇਲਾ ਲੱਗਿਆ ਕਿਤਾਬਾਂ ਦਾ ਉੱਥੇ ਜਸਵੰਤ ਕਮਲ ਦਾ ਦੋਤਾ ਸੁਮੇਰ ਸਿੰਘ ਹਾਂ ਸੁਮੇਰ ਸਿੰਘ ਬਈ ਉਹ ਹੀਰ ਰਾਂਝੇ ਕੇ ਜੂ ਲੱਗਿਆ ਖੀਰ ਨੇ ਪਾਉਣ ਉਹਨੇ ਤਾਂ ਮੈਂ ਕਹਿੰਦਾ ਮੈਨੂੰ ਲੱਗੇ ਵੀ ਸ਼ਾਇਦ ਹੀਰ ਰਾਂਝੇ ਕੇ ਖਾਨਦਾਨ ਮਤੇ ਹੈ ਕਿਉਂਕਿ ਸਕੇ ਨੂੰ ਇੰਨਾ ਦੁੱਖ ਹੋਇਆ ਉਹਨੇ ਬੜੇ ਖੀਰ ਨੇ ਪਾਏ ਉਹਨੇ ਪਿੱਛੇ ਇੱਕ ਲੇਖ ਲਿਖਿਆ ਕਹਿੰਦਾ ਹੀਰ ਬੰਨਾ ਪੰਜਾਬ ਬਣਾਉਣਾ ਦੱਸੋ ਮੈਂ ਕਿਹਾ ਹੱਦ ਹੋਣੀ ਹੱਦ ਕਿੰਨਾ ਬੇਸ ਭਾਲਿਆ ਹੀਰ ਬੰਨਾ ਹੀਰ ਬੰਨਾ ਪੰਜਾਬ ਦਾ ਬਣਾ ਦਿਆ ਗਦਰੀ ਬਾਬੇ ਵਾਲਾ ਨਹੀਂ ਬਣਾਉਣਾ ਬੱਬਰ ਅਕਾਲੀ ਵਾਲੇ ਬਣਾਉਣਾ ਇਹ ਕਹਿੰਦਾ ਹੀਰ ਬੰਨਾ ਹੀਰ ਬੰਨਾ ਸਮਝਿਆ ਵੀ ਬਗਾਨਾ ਪੁੱਤ ਥੋੜ੍ਹੇ ਘਰੇ ਆ ਜੇ ਚਾਰੇ ਮੱਝੀਆਂ ਤੇ ਕੁੜੀ ਚੂਰੀ ਲੈ ਕੇ ਕਿਤੇ ਹੋਰ ਵਗ ਜੇ ਇਹੀ ਜੀ ਇਹਨਾਂ ਨੇ ਪੰਜਾਬ ਬਣਾਉਣਾ ਕਮਾਲ ਇਹਨਾਂ ਦਾ ਮਿਰਜ਼ਾ ਹੈ ਜਿਸ ਦਿਨ ਪਤਾ ਨਹੀਂ ਮਾਸੀ ਦੀ ਕੁੜੀ ਸੀ ਕਿ ਭੂਆ ਦੀ ਕੁੜੀ ਸੀ ਕਿ ਚਾਚੇ ਦੀ ਕੁੜੀ ਸੀ ਜਿਸ ਦਿਨ ਨਿਕਾਹ ਹੋਣੇ ਸੀ ਉਦੋਂ ਇੱਕ ਰਾਤ ਪਹਿਲਾਂ ਕੱਢ ਕੇ ਲੈ ਗਿਆ ਅਤੇ ਭਰਾਵਾਂ ਨੇ ਵੜਤਾ ਮਗਰੋਂ ਦੇ ਮਜੀਦ ਸਾਹਿਬਾ ਬਣੀ ਭਰਾਵਾਂ ਦੀ ਅਸੂਰ ਮਾਤਾ ਹਾਂ ਭਾਈਆਂ ਤੋਂ ਯਾਰ ਮਰਾਤਾ ਉਹਦੇ ਜਿਹੜੇ ਤੀਰ ਆ ਜੰਡ 'ਤੇ ਟੰਗ 'ਤੇ ਹੈਂ ਜੰਡ 'ਤੇ ਮਾਰੂ ਥਾਲ 'ਤੇ ਜੰਡ ਥੱਲੇ ਹੀ ਪਾਉਣਾ ਸੀ ਉੱਥੇ ਟਾਹਲੀ ਥੋੜ੍ਹਾ ਲੱਗੀ ਸੀ ਹੈਂ ਇਹਨੇ ਕਿਹੜਾ ਦਰਖਤ ਲਾਇਆ ਸੀ ਕੋਈ ਜਾਂ ਪਿੱਪੜ ਲਾਇਆ ਹੋਵੇ ਜਾਂ ਕੋਈ ਜੰਡ ਹੋਵੇ ਜੰਡ ਆਪਣੇ ਆਪ ਹੋਇਆ ਜੰਡ ਨਹੀਂ ਚੱਲਣਾ ਸੀ ਨਲਾਇਕ ਬੰਦਾ ਅਤੇ ਸਾਰੇ ਰੋਮਾਂਟਿਕ ਬੰਦਿਆਂ ਦਾ ਉਹ ਮਿਰਜ਼ਾ ਸਾਡਾ ਨਾਇਕ ਹੈ ਇੱਕ ਦਿਨ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਉਹਦਾ ਸਿਆਲ ਦੇ ਇਲਾਕੇ ਦੀ ਸਿਆਲਾਂ ਦੀ ਹੀਰ ਉੱਥੇ ਇੱਕ ਬੁੜਾ ਗਾਲਾਂ ਕੱਢ ਰਿਹਾ ਤਾ ਕਹਿੰਦਾ ਸਾਲੇ ਕਹਿੰਦਾ ਸਾਡੇ ਕਹੀ ਅਸੀਂ ਕਹਿੰਦਾ ਇੱਥੇ ਕੋਈ ਹੀਰ ਨਹੀਂ ਹੋਈ ਹੀਰ ਤੋਂ ਕਹਿੰਦਾ ਅਸੀਂ ਕੱਕੜੀਆਂ ਲੈਣੀਆਂ ਕੱਕੜੀਆਂ ਲੈਣੀਆਂ ਹਾਂ ਬਿਲਕੁਲ ਹੀਰ ਹੀਰ ਲਾ ਰੱਖੀ ਕਹਿੰਦਾ ਹੀਰ ਹੀਰ ਕਰੀ ਜਾਂਦੇ ਹਾਂ ਸਾਡੇ ਕੋਈ ਨਹੀਂ ਹੋਈ ਤੁਹਾਡੇ ਹੋਵੇ ਆ ਤਾਂ ਹੋ ਗਿਆ ਜੀ ਹੀਰ ਜਿਹੜੀ ਕਮਾਲਾ ਠੀਕ ਹੈ ਨਾ ਸੋ ਇਹ ਗੱਲਾਂ ਬਾਈ ਜੀ ਚੱਲੀ ਜਾਂਦੀਆਂ ਆਪਾਂ ਸੁਣੀ ਜਾਂਦੀਆਂ ਆਪਾਂ ਕਹੀ ਜਾਣਾ ਹੈ ਪਰ ਇਹ ਵੀ ਜਿਹੜੀ ਇਹ ਇਥੋਸ ਸਿਰਜਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਦ੍ਰਿਸ਼ਟਾਂਤ ਸਿਰਜਿਆ ਜਾਂਦਾ ਪ੍ਰਸੰਗ ਸਿਰਜਿਆ ਜਾਂਦਾ ਨਰੇਸ਼ਨ ਸਿਰਜਿਆ ਜਾਂਦਾ ਗਲਪ ਸਿਰਜਿਆ ਜਾਂਦਾ ਉਹ ਹੈ ਵੀ ਲੋਕਾਂ ਦੀ ਚੇਤਨਾ ਖੁੰਡੇ ਹੀ ਕਰੋ ਉਹਨਾਂ ਨੂੰ ਬਿਨਾਂ ਗੱਲ ਤੋਂ ਸੂਰਮੇ ਬਣਾਓ ਵਿੱਦਿਆ ਉਹਦੇ ਕੋਲ ਆਉਣ ਨਾ ਦਿਓ ਟਰੈਕਟਰਾਂ ਪਰ ਲਾ ਗਏ ਬੜੇ ਮੁੱਲ ਦੇ 2.5 ਏਕੜ ਜ਼ਮੀਨ ਹੋਵੇ ਟਰੈਕਟਰ ਹੋਵੇ 80 ਹਾਰਸ ਪਾਵਰ ਦਾ ਹੈਂ ਅਤੇ ਫਿਰ ਉਹਦੇ 'ਤੇ ਲਿਖਿਆ ਵੀ ਜੱਟ ਦੀ ਸ਼ਾਨ ਬਸ ਅਤੇ ਕਿਸ਼ਤਾਂ ਕਰ ਦੇਣ ਘਾਣ ਹੈਂ ਨਾ ਲਾਭ ਨਾ ਹਾਣ ਬਸ ਹੈਂ ਅਤੇ ਇਹਦਾ ਜੀ ਇੱਕ ਉਹਨਾਂ ਦੇ ਪੰਜਾਬ ਦਾ ਕਿਸਾਨ ਬਸ ਇਹ ਕਹਾਣੀ ਇੱਥੇ ਨਾਲ ਮਜਾ ਦੇਣਾ ਜੇ ਤੁਸੀਂ ਪੜ੍ਹ ਗਏ ਫਿਰ ਤੁਸੀਂ ਪੰਜਾਬ ਦਾ ਵੀ ਖਿਆਲ ਕਰੋਗੇ ਆਪਦੀ ਇੱਜ਼ਤ ਦਾ ਵੀ ਖਿਆਲ ਕਰੋਗੇ ਆਪਦੀ ਸਿਹਤ ਦਾ ਵੀ ਖਿਆਲ ਕਰੋਗੇ ਆਪਦੇ ਸੱਭਿਆਚਾਰ ਦਾ ਵੀ ਖਿਆਲ ਕਰੋਗੇ ਆਪਦੀ ਭਾਸ਼ਾ ਦਾ ਵੀ ਖਿਆਲ ਕਰਾਂਗੇ ਆਪਦੇ ਭਾਈਚਾਰੇ ਦਾ ਵੀ ਖਿਆਲ ਕਰੋਗੇ ਫਿਰ ਖਿਆਲ ਵੱਡਾ ਵਿੱਦਿਆ ਅਤੇ ਵਿਵੇਕ ਨਾਲ ਇਹ ਖਿਆਲ ਆਉਂਦੇ ਆ ਨਾਲੇ ਵਿੱਦਿਆ ਜੇ ਕੋਈ ਦੇ ਨਹੀਂ ਫਿਰ ਪੜ੍ਹਾਉਣੀ ਤੁਹਾਨੂੰ ਅੰਗਰੇਜ਼ੀ ਮਾਤਰੀ ਜਿਹੜੀ ਅੰਗਰੇਜ਼ੀ ਵਿੱਚ ਦੀ ਹੈ ਜੇ ਥੋੜ੍ਹੀ ਮਾਤਰੀ ਭਾਸ਼ਾ 'ਚ ਦੇ ਦਿੱਤੀ ਤਾਂ ਤੂੰ ਸਮਝ ਆ ਜੂ ਫਿਰ ਤਾਂ ਬਗਾਵਤ ਹੈ ਬਗਾਵਤ ਹੈ ਉਹਨੇ ਸ਼ਰੇਆਮ ਪਤਾ ਵੀ ਫਰਾਂਸ ਵਾਲਾ ਫਿਰ ਇੱਥੇ ਨਾ ਉਹ ਕ੍ਰਾਂਤੀ ਆਉਣੀ ਆਉਣੀ ਆ ਜਾਂ ਰੂਸ ਵਾਲੀ ਆਉਣੀ ਆ
ਹੈਂ ਫਾਰਸੀ ਜਿੰਨਾ ਚਿਰ ਪੜ੍ਹਦੇ ਰਹੇ ਆਪਾਂ ਨੂੰ ਕੋਈ ਆਇਆ ਖਿਆਲ ਹੈਂ ਜਿੰਨਾ ਚਿਰ ਅੰਗਰੇਜ਼ੀ ਪੜ੍ਹਦੇ ਆਪਾਂ ਨੂੰ ਖਿਆਲ ਕਿਵੇਂ ਆਜੂਗਾ ਰੂਸ ਨੇ ਕ੍ਰਾਂਤੀ ਕੀਤੀ ਰੂਸੀ ਭਾਸ਼ਾ 'ਚ ਕੀਤੀ ਜਰਮਨ 'ਚ ਤਾਂ ਨਹੀਂ ਕੀਤੀ ਫਰਾਂਸ ਵਾਲਿਆਂ ਨੇ ਕ੍ਰਾਂਤੀ ਕੀਤੀ ਆਪਦੀ ਭਾਸ਼ਾ ਕਰਕੇ ਕੀਤੀ ਅੰਗਰੇਜ਼ੀ ਕਰਕੇ ਨਹੀਂ ਕੀਤੀ ਨਾਲੇ ਉੱਥੋਂ ਦਾ ਮਨਾਰਕੀਕਲ ਸੁਸਾਇਟੀ ਜਿਹੜਾ ਰਾਜਾ ਸ਼ਾਹੀ ਉਹ ਤਬਾਹ ਕੀਤੀ ਚਰਚ ਤਬਾਹ ਕੀਤਾ ਚਰਚ ਤਾਂ ਸਟੇਟ ਦੇ ਬਰਖਿਲਾਫ਼ ਸੀ ਵੱਡੇ ਜਗੀਰਦਾਰ ਠੋਕੇ ਸਾਰੀ ਬਿਊਰੋਕ੍ਰੇਸੀ ਠੋਕੀ ਅਤੇ ਲੋਕ ਰਾਜ ਲਿਆਂਦਾ ਅਤੇ ਉਹ ਲੋਕ ਰਾਜ ਦੀਆਂ ਪਿੜਤਾਂ ਸਾਰੇ ਸੰਸਾਰ ਦੇ ਵਿੱਚ ਪ੍ਰਚਲਿਤ ਹੋਈਆਂ ਇੱਕ ਸਿਰਫ ਨੋਮੀਨਲ ਹੈੱਡ ਹੈ ਜਿਹੜਾ ਇੰਗਲੈਂਡ ਦਾ ਬਾਦਸ਼ਾਹ ਰਹਿ ਗਿਆ ਯੂਰਪ 'ਚ ਹੋਰ ਨਹੀਂ ਕੋਈ ਪੰਜਾਬ ਮਾ ਤਾਂ ਹੀ ਬਗਾਵਤ ਸਦਾ ਵਾਸਤੇ ਖਤਮ ਕਰਨ ਵਾਸਤੇ ਬਲੈਤੀ ਸਕੂਲ ਹੈ ਜਿਹੜੇ ਬੁੱਚੜਖਾਨੇ ਬ੍ਰਾਇਲਰ ਮੁਰਗੇ ਤਿਆਰ ਕਰ ਰਹੇ ਬ੍ਰਾਇਲਰ ਮੁਰਗੇ ਵੀ ਇਹ ਜਿਸ ਤਰ੍ਹਾਂ ਹਮੇ ਕਹੇਗੇ ਉਤਰਾ ਵਾਂਗ ਦੇਣੀ ਹੈ ਦੇਣੀ ਹੈ ਇਹਨਾਂ ਦਾ ਆਪਣਾ ਪਿੰਜਰੇ 'ਚ ਹੀ ਰਹਿਣ ਬਸ ਬ੍ਰਾਇਲਰ ਮੁਰਗੇ ਦੀ ਸੇਫਟੀ ਕੀ ਹੈ ਪਿੰਜਰਾ ਅਤੇ ਆਪਦੀ ਬਿੱਠ 'ਤੇ ਬੈਠਾ ਰਵੇ ਬੈ ਇਹਨਾਂ ਧੰਦਾ ਜਿਹੜਾ ਮੁਰਗਾ ਬਾਹਰ ਆ ਗਿਆ ਤਾਂ ਉੱਡੂਆ ਉੱਡੂਆ ਤਾਂ ਕੁਦਰਤੀ ਗੱਲ ਉਹਦੇ ਅਸੀਂ ਫੰਘ ਕਿਵੇਂ ਪੱਟਾਂਗੇ ਹੈਂ ਉਹ ਵਾਂਗ ਵੀ ਆਪਣੀ ਮਰਜ਼ੀ ਨਾਲ ਦੇਊਗਾ ਹੈਂ ਅਤੇ ਇਸ ਕਰਕੇ ਇਹਨਾਂ ਨੇ ਸਾਨੂੰ ਨਾ ਪਿੰਜਰੇ ਦੇ ਮੁਰਗੇ ਬਣਾ ਕੇ ਫਿਰ ਸਾਡੇ ਇਹਨਾਂ ਨੇ ਮਤਲਬ ਘਾਣ ਕਰਨਾ ਔਰ ਕਰ ਰਹੇ ਹੈ ਲਗਾਤਾਰ।